ਰਲਿਆਂ ਵਰਗਾ ਸੀਗਾ ਹੈ ਨਹੀਂ ਅਤੇ ਖਿਲਰ ਗਿਆਂ ਦੀ ਖੈਰ ਨਹੀਂ। ਰਲਿਆਂ ਵਰਗਾ ਸੀਗਾ ਹੈ ਨਹੀਂ, ਖਿਲਰ ਗਿਆਂ ਦੀ ਖੈਰ ਨਹੀਂ। ਪਿਓ ਵਰਗਾ ਸਿਰ 'ਤੇ ਹੱਥ ਹੈ ਨਹੀਂ ਅਤੇ ਮਾਂ ਵਰਗਾ ਕੋਈ ਪੈਰ ਨਹੀਂ। ਪਿਆਰ ਜਿਹਾ ਕੋਈ ਅੰਮ੍ਰਿਤ ਹੈ ਨਹੀਂ ਅਤੇ ਨਫ਼ਰਤ ਜਿਹਾ ਕੋਈ ਜ਼ਹਿਰ ਨਹੀਂ। ਘਰ ਵਰਗੀ ਸਰਦਾਰੀ ਹੈ ਨਹੀਂ ਅਤੇ ਦੁਨੀਆ ਵਰਗੀ ਸੈਰ ਨਹੀਂ। ਘਿਓ ਸ਼ੱਕਰ ਦਾ ਨਾਤਾ ਹੈ ਨਹੀਂ ਅਤੇ ਇੱਟ ਕੁੱਤੇ ਜਿਹਾ ਵੈਰ ਨਹੀਂ। ਘਿਓ ਸ਼ੱਕਰ ਜਿਹਾ ਨਾਤਾ ਹੈ ਨਹੀਂ, ਇੱਟ ਕੁੱਤੇ ਦਾ ਵੈਰ ਨਹੀਂ। ਮੈਂ ਜਗਤਾਰ ਸਿੰਘ ਜੱਗੀ ਲੈ ਕੇ ਹਾਜ਼ਰ ਹਾਂ ਜੀ ਅੱਜ ਦਾ ਲਾਈਵ ਪ੍ਰੋਗਰਾਮ। ਸਭ ਤੋਂ ਪਹਿਲਾਂ ਜਸ ਪੰਜਾਬੀ ਦੇਖਣ ਵਾਲੇ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਹਮੇਸ਼ਾ ਦੀ ਤਰ੍ਹਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ ਹਾਏ ਅਤੇ ਨਾਲ ਦੀ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ। ਜਿਵੇਂ ਕਹਿੰਦੇ ਹੁੰਦੇ ਕਈ ਵਾਰੀ ਬੰਦਾ ਭੱਜ ਕੇ ਕਾਫਲੇ ਦੇ ਨਾਲ ਰਲਦਾ ਹੈ, ਅਤੇ ਅੱਜ ਮੈਂ ਵੀ ਲਾਈਵ ਦੇ ਸਮੇਂ 'ਤੇ ਭੱਜ ਕੇ ਹੀ ਪਹੁੰਚਿਆ ਤਕਰੀਬਨ ਕਿ ਲਾਈਵ ਪ੍ਰੋਗਰਾਮ ਜ਼ਰੂਰ ਕਰਨਾ। ਅੱਜ ਫਰਿਜਨੋ ਦਾ ਰੂਟ ਸੀਗਾ, ਫਰਿਜਨੋ ਤੋਂ ਆਏ ਸੀਗੇ, ਫਰਿਜਨੋ ਗਏ ਸੀ ਉੱਥੇ ਦੋਸਤਾਂ ਮਿੱਤਰਾਂ ਨੂੰ ਮਿਲਣ ਵਾਸਤੇ, ਕੋਈ ਐਡਾ ਵਗੈਰਾ ਦਾ ਸਿਸਟਮ ਸੀਗਾ ਕਰਨ ਵਾਸਤੇ ਗਏ ਸੀਗੇ। ਅਤੇ ਪਰ ਦੇਖੋ ਜੀ, ਤੁਹਾਡਾ ਪਿਆਰ ਹੈ ਕਿ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਦੇ ਸਮੇਂ ਇੱਥੇ ਪਹੁੰਚ ਗਏ ਹਾਂ। ਪਹਿਲਾਂ ਥੋੜ੍ਹੀ ਜਿਹੀ ਗੱਲ ਪੰਜਾਬ ਦੀ ਕਰ ਲਈਏ। ਪਿੱਛੇ ਜੇ ਬੜਾ ਰੌਲਾ ਪਿਆ ਸੀ, ਮੈਂ ਵੀ ਅਨਾਊਂਸ ਕੀਤਾ ਸੀ, ਟੁੱਟ ਗਈ ਤੜੱਕ ਕਰਕੇ ਲਾਈ ਬੇਕਦਰਾਂ ਨਾਲ ਯਾਰੀ, ਭਲਾ ਹੋਇਆ ਲੜ ਨੇੜੇ ਉਹ ਛੁੱਟਿਆ ਉਮਰ ਨਾ ਬੀਤੀ ਸਾਰੀ। ਬੜਾ ਰੌਲਾ ਪਿਆ ਸੀ, ਜੇ ਹੋ ਗਿਆ ਵੋ ਹੋ ਗਿਆ। ਉਹ ਕਹਿੰਦੇ ਅਸੀਂ CAA ਦਾ ਵਿਰੋਧ ਕਰਦੇ ਹਾਂ, ਅਕਾਲੀ ਦਲ ਵੱਲ ਕਹਿੰਦੇ, ਇਹਨੂੰ ਕਹਿੰਦੇ ਨੇ ਰਾਜਨੀਤੀ। ਹੁਣ ਕਹਿੰਦੇ ਜੀ ਅਸੀਂ ਸਮਰਥਨ ਕਰਦੇ ਹਾਂ, ਸਾਰੇ ਜਿੰਨਾ ਵਿਰੋਧ ਕਰਦੇ ਸੀ। ਹੁਣ ਜਿਹੜਾ ਗੱਠਜੋੜ ਫੇਰ ਹੋ ਗਿਆ, ਇਹ ਨਹੀਂ ਪਤਾ ਹੁਣ ਗੱਠਜੋੜ ਹੋਇਆ ਕਿੱਦਾਂ ਜਾਂ ਕਰਾਇਆ ਕਿੱਦਾਂ, ਜਾਂ ਭਾਈ ਕਹਿੰਦੇ ਵੀ ਡਾਢੇ ਦਾ ਸੱਤੀ ਵੀ ਹੀ ਸੌ ਹੁੰਦਾ। ਅਗਲੇ ਨੇ ਕਿਹਾ ਹੋਣਾ ਭਾਈ ਬੀਬਿਆਂ ਦੀ ਕੁਰਸੀ ਖਾਲੀ ਕਰ ਦਿਓ, ਫਿਰ ਜੇ ਨਹੀਂ ਸਮਰਥਨ ਦੇਣਾ ਤਾਂ ਫਿਰ ਠੀਕ ਹੈ ਜੀ। ਕੁਰਸੀ ਕੌਣ ਛੱਡਦਾ ਫਿਰ? ਕੁਰਸੀ ਦਾ ਬੰਦਾ ਸਿਵਿਆਂ ਦਾ ਪ੍ਰਧਾਨ ਹੋਵੇ ਉਹ ਨਹੀਂ ਛੱਡਦਾ, ਉਹ ਤਾਂ ਫਿਰ ਆ ਕੇਂਦਰ ਦੇ ਵਿੱਚ ਮੰਤਰੀ ਬਣੀ ਬੈਠੀ ਆ ਬੀਬੀ ਹਰਸਿਮਰਤ ਕੌਰ ਬਾਦਲ। ਸੋ ਇਸ ਕਰਕੇ ਗੱਠਜੋੜ ਦੁਬਾਰਾ ਹੋ ਗਿਆ ਜੀ। ਜਿਹਨਾਂ ਨੂੰ ਚੰਗਾ ਲੱਗਿਆ ਉਹਨਾਂ ਨੂੰ ਬਹੁਤ ਬਹੁਤ ਵਧਾਈ, ਜਿਹਨਾਂ ਨੂੰ ਮਾੜਾ ਲੱਗਿਆ ਉਹਨਾਂ ਦੀ ਆਪਣੀ ਮਰਜ਼ੀ ਹੈ। ਚਲੋ ਖੈਰ, ਆਪਾਂ ਅੱਜ ਦੇ ਪ੍ਰੋਗਰਾਮ ਦੀ ਗੱਲ ਕਰੀਏ। ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਸ਼ੁਗਲ ਮੇਲੇ ਦੇ ਨਾਲ ਨਾਲ ਗੱਲ ਕਰੀ ਦੀ ਹੈ, ਕੋਈ ਨਾ ਕੋਈ ਅਵੇਅਰ ਕਰਨ ਦੀ ਗੱਲ ਅਗਰ ਕਰੀਏ ਤਾਂ ਕੁਦਰਤੀ ਆਫਤਾਂ ਜਿਹੜੀਆਂ ਉਹ ਅਕਸਰ ਪੰਜਾਬ ਅਤੇ ਭਾਰਤ ਦੇ ਉੱਪਰ ਪੈਂਦੀਆਂ ਰਹਿੰਦੀਆਂ। ਪਰ ਉਦੋਂ ਵੀ ਵੱਡੀਆਂ ਆਫਤਾਂ ਜਿਵੇਂ ਆਸਟ੍ਰੇਲੀਆ 'ਤੇ ਪਈ ਸੀ, ਅੱਗ ਲੱਗੀ ਸੀ, ਅਤੇ ਅੱਜ ਕੱਲ੍ਹ ਚਾਈਨਾ ਦੇ ਵਿੱਚ ਕਰੋਨਾ ਵਾਇਰਸ ਜਿਹੜਾ ਉਹਨੇ ਭਾਜਣਾ ਪਾਈਆਂ ਹੋਈਆਂ। ਇਹ ਵਾਇਰਸ ਸਮੇਂ ਸਮੇਂ ਬੜੇ ਆਏ ਨੇ, ਵੈਸੇ ਬੜਾ ਨੁਕਸਾਨ ਕਰਕੇ ਗਏ ਨੇ, ਕਦੇ ਕੋਈ ਵਾਇਰਸ ਆ ਜਾਂਦਾ, ਫਿਰ ਪਿੱਛੇ ਜੇ ਬਰਡ ਫਲੂ ਦਾ ਵੀ ਆਇਆ ਸੀ ਇੱਕ ਵਾਰੀ ਰੌਲਾ। ਹੁਣ ਇਹ ਕਹਿੰਦੇ ਜੀ ਵੀ ਚਾਈਨਾ ਵਾਲਿਆਂ ਜੋ ਕਿਸੇ ਰੈਸਟੋਰੈਂਟ ਦੇ ਵਿੱਚੋਂ ਸੱਪ ਖਾਧਾ ਕਿਸੇ ਨੇ, ਤਾਂ ਉਦੋਂ ਬਾਅਦ ਇਹ ਵਾਇਰਸ ਪੈਦਾ ਹੋਇਆ। ਦੇਖੋ ਜੀ, ਸਮਝ ਨਹੀਂ ਆਉਂਦੀ ਕਿਹੜਾ ਵਾਇਰਸ ਕਿੱਥੋਂ ਪੈਦਾ ਹੁੰਦਾ। ਪਰ ਸਭ ਨੂੰ ਅਸੀਂ ਇਹੀ ਸਲਾਹ ਦਿੰਦੇ ਹਾਂ ਕਿ ਬਚਾਅ ਰੱਖਣਾ ਚਾਹੀਦਾ, ਬਹੁਤ ਜ਼ਿਆਦਾ ਬਚਾਅ ਰੱਖਣਾ ਚਾਹੀਦਾ। ਇਲਾਜ ਦਾ ਹਜੇ ਸੰਭਵ ਨਹੀਂ ਹੈ। ਵੈਸੇ ਤਾਂ ਉਹ ਕਹਿੰਦੇ ਜੀ ਜਿਹੜੇ ਬੰਦੇ ਨੂੰ ਹੈਗਾ ਚਾਂਸ ਹੈਗੇ ਆ, ਉਹਨਾਂ ਨੂੰ ਅਸੀਂ ਇੱਕ ਜਗ੍ਹਾ ਬੰਦ ਕਰਕੇ ਰੱਖਿਆ ਹੋਇਆ। ਪਰ ਫਿਰ ਵੀ ਦੇਖੋ ਜੀ, ਜਦੋਂ ਮਾੜਾ ਸਮਾਂ ਹੁੰਦਾ ਤਾਂ ਕੁਛ ਨਹੀਂ ਕਹਿ ਸਕਦੇ ਜੀ ਕਿਹੜੇ ਪਾਸਿਓਂ ਵਾਇਰਸ ਆਉਂਦਾ। ਅਤੇ ਵਾਇਰਸ ਬੰਦਾ ਨੂੰ ਦੇਖਦਾ, ਬੰਦਾ ਠੀਕ ਠਾਕ ਆ, ਪਹਿਲਾਂ ਉਹਦੇ ਕਹਿੰਦੇ ਆਲੇ ਦੁਆਲੇ ਘੁੰਮਦਾ ਰਹਿੰਦਾ, ਫਿਰ ਉਹ ਸਰੀਰ 'ਚ ਉਹਨੂੰ ਮਾੜਾ ਮੋਟਾ ਮੌਕਾ ਮਿਲਦਾ। ਸਰੀਰ ਦੀ ਜਿਹੜੀ ਆਰਮੀ ਆ ਪਹਿਲਾਂ ਲੜਦੀ ਆ, ਉਹਨਾਂ ਲੜਦੀ ਲੁੜਦੀ ਆ, ਅਤੇ ਫਿਰ ਜਦੋਂ ਉਹ ਫਿਰ ਵੀ ਜਿਵੇਂ ਆਰਮੀ ਨੂੰ ਆਪਣੇ ਇੰਡੀਆ ਦੀ ਆਰਮੀ ਦੇ ਵਿੱਚ ਘੁਸਪੈਠ ਕਰ ਜਾਂਦੇ ਨੇ ਵਿਰੋਧੀਆਂ ਦੇ ਬੰਦੇ, ਤਾਂ ਇਵੇਂ ਵੀ ਕਿਤੇ ਨਾ ਕਿਤੇ ਘੁਸਪੈਠ ਕਰਕੇ ਸਰੀਰ ਦੇ ਅੰਦਰ ਇੱਕ ਵਾਰੀ ਵੜ ਕੇ ਫਿਰ ਆਰਾਮ ਨਾਲ ਕਹਿੰਦੇ ਸਾਹ ਲੈਂਦਾ। ਇਹ ਮੈਂ ਕਿਸੇ ਡਾਕਟਰ ਦੀ ਇੰਟਰਵਿਊ ਸੁਣ ਰਿਹਾ ਸੀ, ਆਰਾਮ ਨਾਲ ਸਾਹ ਲੈ ਕੇ ਫਿਰ ਮੈਂ ਦੁਖਦਾ ਜਗ੍ਹਾ ਕਿਹੜੀ ਵਧੀਆ ਜੀ ਸਰੀਰ ਦੇ ਅੰਦਰ, ਉੱਥੇ ਮੈਂ ਆਪਣਾ ਆਰਾਮ ਨਾਲ ਰੈਸਟ ਕਰਾਂ ਪਹਿਲਾਂ ਦਿਹਾੜੀ ਡੰਗ, ਫਿਰ ਮੈਂ ਕੰਮ ਕੀ ਕਰਨਾ ਕੀ ਨਹੀਂ ਕਰਨਾ। ਫਿਰ ਇਹ ਵਾਇਰਸ ਜਿਹੜਾ ਹੈਗਾ ਅੱਗੇ ਫੈਲਦਾ ਇੱਦਾਂ ਹੈਗਾ, 4-5 ਦਿਨ ਕੁਛ ਨਹੀਂ ਹੁੰਦਾ, ਫਿਰ ਇਹ ਵੀ ਬਕਾਇਦਾ ਅੰਦਰ ਫੈਮਿਲੀ ਇਹਨਾਂ ਦੀਆਂ ਬਣ ਜਾਂਦੀਆਂ, ਹੋਰ ਵਾਇਰਸ ਤੋਂ ਵਾਇਰਸ, ਵਾਇਰਸ ਤੋਂ ਵਾਇਰਸ, ਵਾਇਰਸ ਤੋਂ ਵਾਇਰਸ ਬਣ ਕੇ ਫਿਰ ਇਹ ਅਟੈਕ ਕਰਦਾ। ਸੋ ਬਚਣਾ ਚਾਹੀਦਾ। ਵਾਇਰਸ ਦੀ ਗੱਲ ਚੱਲੀ ਹੈ ਤਾਂ ਨਾਲ ਦੀ ਨਾਲ ਮੈਂ ਜ਼ਰੂਰ ਜ਼ਿਕਰ ਕਰਨਾ ਚਾਹਾਂਗਾ ਕਿ ਬਹੁਤ ਸਾਰੇ ਲੋਕ ਜਿਹੜੇ ਹੈਗੇ ਨੇ ਅੱਜ ਕੱਲ੍ਹ, ਅੱਧੇ ਇੱਕ ਤਾਂ ਮਾੜੀ ਜਿਹੀ ਖੰਘ ਹੋ ਗਈ ਤਾਂ ਉਦੋਂ ਹੀ ਅੱਧੇ ਬਿਮਾਰ ਹੋ ਜਾਂਦੇ ਆ, ਲੈ ਵੀ ਭਾਈ ਹੁਣ ਨਹੀਂ ਬਚਦੇ, ਊਂ ਹੀ ਆਪਣੇ ਆਪ ਨੂੰ ਮਾੜਾ ਜਿਹਾ ਉਥੂ ਆ ਗਿਆ ਅਤੇ ਆਪਣੇ ਆਪ ਨੂੰ ਕੈਂਸਰ ਕਰਕੇ ਬਹਿ ਜਾਂਦੇ, ਭਾਈ ਮੈਨੂੰ ਤਾਂ ਕੈਂਸਰ ਲੱਗਦਾ, ਹੁਣ ਨਹੀਂ ਭਾਈ ਮੈਂ ਬਚਦੇ। ਸੋ ਸਾਡੇ ਜਿਹੜੀ ਫਿਤਰਤ ਇਹ ਬਣੀ ਹੈ ਖਾਸ ਤੌਰ 'ਤੇ ਪਿੰਡਾਂ ਦੀ, ਉਹ ਇਹ ਹੈ ਕਿ ਇਹ ਬਿਮਾਰੀ ਹੁੰਦੀ ਨਹੀਂ, ਅਸੀਂ ਉਹਨੂੰ ਬਹੁਤ ਵੱਡੀ ਵਧਾ ਲੈਂਦੇ ਹਾਂ ਗੱਲਾਂ ਗੱਲਾਂ ਦੇ ਵਿੱਚ।
ਡਾਕਟਰ ਕਹੀ ਜਾਂਦਾ ਹੁੰਦਾ ਮਰੀਜ਼ ਨੂੰ ਵੀ ਤੂੰ ਠੀਕ ਹੈ ਨਾ ਭਾਈ ਕਿੱਥੇ ਠੀਕ ਹੈ ਮੈਨੂੰ ਤਾਂ ਐਂ ਲੱਗਦਾ 2-4 ਦਿਨ ਹੀ ਹੋਰ ਆ ਉਹ ਸੱਚੀਓ ਦਿਮਾਗ 'ਚ ਬੈਠ ਗਿਆ 2-4 ਦਿਨ ਹੀ ਹੋਰ ਹੁੰਦਾ ਬੰਦਾ। ਅੱਛਾ ਬੁੜੀਆਂ ਵੀ ਪਤਾ ਲੈਣ ਜਾਂਦੀਆਂ ਸੀ ਜਦੋਂ ਪਿੰਡਾਂ ਦੇ ਵਿੱਚ, ਉਹ ਵੀ ਚੰਗੇ ਭਲੇ ਮਰੀਜ਼ ਨੂੰ ਮਤਲਬ ਹੋਰ ਬਿਮਾਰ ਕਰ ਆਉਂਦੀਆਂ ਪਤਾ ਲੈਣ ਗਈਆਂ। ਉਦੋਂ ਆਪਾਂ ਅਕਸਰ ਦੇਖਿਆ ਕਿ ਹਸਪਤਾਲ ਦੇ ਵਿੱਚ ਮਰੀਜ਼ ਦਾ ਪਤਾ ਲੈਣ ਜਾਂਦੀਆਂ ਕਈ ਕਈ ਬੁੜੀਆਂ, ਪਹਿਲਾਂ ਤਾਂ ਉਹਦਾ ਜਿਹੜਾ ਫਰੂਟ ਪਿਆ ਹੁੰਦਾ ਨੇੜੇ ਉਹ ਖਾ ਲੈਂਦੀਆਂ, ਮੁੜ ਕੇ ਕਹਿੰਦੇ ਪੁੱਤ ਭਾਈ ਕਿਵੇਂ ਹੁਣ ਤੂੰ, ਉਹ ਕਹਿੰਦਾ ਵੀ ਤਾਈ ਹੁਣ ਮੈਂ ਠੀਕ ਹੈ ਨਾ ਭਾਈ ਲੱਗਦਾ ਤਾਂ ਹੈ ਨਹੀਂ ਜਮੀ, ਲੈ ਜਮਾਂ ਰੰਗ ਤਾਂ ਪੀਲਾ ਹੋਇਆ ਪਿਆ, ਕਹਿ ਦਿਨ ਹੋ ਗਏ ਤੈਨੂੰ, ਕਹਿੰਦਾ 4 ਦਿਨ, ਅੱਛਾ ਫਲਾਨਿਆਂ ਦਾ ਮੁੰਡਾ ਉਹਨੂੰ ਵੀ ਹੋਇਆ ਸੀ ਉਹ 5ਵੇਂ ਦਿਨ ਮਰ ਗਿਆ ਸੀ, ਤੈਨੂੰ ਕਹਿੰਦੇ ਹੋ ਗਏ 4 ਹੋਏ ਅਜੇ, ਦੱਸੋ ਬੰਦਾ ਉੱਥੇ ਹੀ ਮਰ ਜਾਂਦਾ। ਅਕਸਰ ਇਹ ਦੇਖਿਆ ਮੈਂ ਵੀ, ਕੋਈ ਬਿਮਾਰੀ ਹੋਵੇ ਨਾ ਹੋਵੇ ਜਿੰਨੇ ਪਿੰਡ ਹੁੰਦੇ ਸੀ ਛੋਟੇ ਛੋਟੇ, ਮੈਨੂੰ ਯਾਦ ਆ ਗਈ ਗੱਲ, ਖੈਰ ਉਹ ਘਰਦੇ ਕਰਦੇ ਆ ਘਰਦਿਆਂ ਨੂੰ ਫਿਕਰ ਹੁੰਦਾ ਖਾਸ ਤੌਰ 'ਤੇ ਮਾਂ ਬਾਪ ਨੂੰ, ਤੂੰ ਚਾਹ ਡੁੱਲ ਗਈ ਅਤੇ ਪੁੱਛੀ ਗਿਆ ਮੈਨੂੰ ਕੀ ਹੋਇਆ ਕੀ ਹੋਇਆ, ਮੈਂ ਕਹਿੰਦਾ ਠੀਕ ਹੈ ਠੀਕ ਹੈ ਠੀਕ, ਨਾ ਨਾ ਕਿੱਥੇ ਠੀਕ ਹੈ, ਮਤਲਬ ਗੱਲਾਂ 'ਚ ਹਾਲ ਪੁੱਛ ਪੁੱਛ ਕੇ ਜਿੰਨੀ ਦੇਰ ਉੱਥੇ ਦਾਗ ਨਹੀਂ ਪਿਆ ਜਲਣ ਵਾਲਾ ਉੱਨੀ ਦੇਰ ਹਟੇ ਨਹੀਂ। ਇੱਕ ਮੈਂ ਹੋਰ ਬੜੀ ਫਨੀ ਜੀ ਗੱਲ ਪਹਿਲਾਂ ਵੀ ਦੱਸੀ ਸੀਗੀ ਕਿ ਚਲੋ ਫਿਕਰ ਹੁੰਦਾ ਘਰਦਿਆਂ ਨੂੰ, ਕਿ ਮੈਂ ਦੂਜੇ ਪਾਸੇ ਵੀ ਆਊਂਗਾ, ਮੈਂ ਜਿਹੜਾ ਵਿਸ਼ਾ ਉਹਦੇ ਵੱਲ ਵੀ ਆਉਣਾ, ਫਿਕਰ ਹੁੰਦਾ ਹੈ ਮੇਰੇ ਵੀ ਇੱਕ ਵਾਰੀ ਐਕਸੀਡੈਂਟ ਹੋ ਗਿਆ ਕਾਫੀ ਦੇਰ ਦੀ ਗੱਲ ਆ, ਪੰਜਾਬ ਦੇ ਵਿੱਚ ਅਤੇ ਚੰਡੀਗੜ੍ਹ ਮੈਂ ਰਹਿੰਦਾ ਸੀ ਅਤੇ ਪੇਰੈਂਟਸ ਪਿੰਡ ਰਹਿੰਦੇ ਸੀਗੇ, ਉਹ ਅਖਬਾਰ 'ਚ ਖਬਰ ਖਬਰ ਆ ਗਈ ਅਤੇ ਉਹਨਾਂ ਨੂੰ ਫਿਕਰ ਪਿਆ, ਉਹ ਕਹਿੰਦੇ ਵੀ ਅਸੀਂ ਪਤਾ ਲੈਣ ਆਉਂਦੇ, ਉਹ ਕਹਿੰਦੇ ਮੈਂ ਕਿਹਾ ਵੀ ਨਹੀਂ ਪਤਾ ਲੈਣ ਨਾ ਆਇਓ, ਮੈਂ ਪ੍ਰੋਗਰਾਮ ਮੇਰੇ ਇੱਧਰ ਮੋਗੇ ਵਾਲੇ ਪਾਸੇ ਹੀ ਆ ਅਤੇ ਮੈਂ ਜਾਂਦਾ ਜਾਂਦਾ ਰਾਤ ਤੁਹਾਡੇ ਕੋਲ ਉੱਥੇ ਰਹਿ ਜੂੰਗਾ। ਮੈਂ ਰਾਤ ਨੂੰ ਗਿਆ ਉੱਥੇ ਰਿਹਾ, ਸਵੇਰੇ ਉੱਠਿਆ ਸੱਟਾਂ ਕਾਫੀ ਲੱਗੀਆਂ ਸੀ, ਪਿੰਡੇ ਨਹੀਂ ਨਾ ਹੋਇਆ ਤਾਂ ਸਿਰ ਨਹਾ ਕੇ, ਵਾਲ ਸੀਗੇ ਇਕੱਠੇ ਹੋਏ ਸੋਹਣਾ ਬੋਦਾ ਹੁੰਦਾ ਸੀ ਮੇਰਾ, ਸਿਰ ਨਵਾ ਤਾ ਮੇਰੀ ਭੈਣ ਨੇ ਸ਼ੈਂਪੂ ਨਾਲ ਸਿਰ ਨਵਾ ਕੇ ਅਤੇ ਸੁਕਾ ਕੇ ਅਤੇ ਮੈਂ ਉਹਦੇ ਨਾਲ ਡਰਾਇਰ ਨਾਲ ਸੁਕਾਉਣ ਲੱਗ ਪਿਆ ਵਾਲ। ਉਦੋਂ ਪਹਿਲਾਂ ਪੁੱਛੀ ਗਈ ਮਦਰ ਮੇਰੀ ਵੀ ਕਿਵੇਂ, ਮੈਂ ਕਹਿੰਦਾ ਠੀਕ ਹੈ ਠੀਕ ਹੈ, ਨਹੀਂ ਲੱਗਦਾ ਨਹੀਂ ਠੀਕ, ਮੈਂ ਨਹੀਂ ਠੀਕ ਹੈ ਠੀਕ ਹੈ ਲੱਗਦਾ ਨਹੀਂ ਠੀਕ, ਚਲੋ ਪਹਿਲੇ ਦਿਨ ਸਾਰਾ ਲੰਘ ਗਿਆ, ਜਦੋਂ ਦੂਏ ਦਿਨ ਮੈਂ ਵਾਲ ਸੁਕਾਉਣ ਲੱਗ ਪਿਆ ਫਿਰ ਡਰਾਇਰ ਦੇ ਨਾਲ, ਅਤੇ ਮੇਰੀ ਮਦਰ ਮੇਰੀ ਬੀਬੀ ਬੋਲਦੀ ਆ ਭੋਲੇ ਪਿੰਡਾਂ ਵਾਲੇ ਹੁੰਦੇ ਆ, ਲੈ ਕਹਿੰਦੀ ਉਵੇਂ ਕੱਲ੍ਹ ਦਾ ਮਰ ਜਾਂਦਾ, ਮੈਂ ਠੀਕ ਹੈ ਠੀਕ ਆ, ਜੇ ਠੀਕ ਹੋਵੇ ਤਾਂ ਵਾਲ ਕੰਘੀ ਨਾਲ ਨਾ ਮਾਵੇਂ, ਵਾਲ ਤਾਂ ਤੈਨੂੰ ਮਸ਼ੀਨ ਨਾ ਪਾਉਣੇ ਪੈਂਦੇ, ਠੀਕ ਨਹੀਂ ਇਹਦਾ ਮਤਲਬ ਹੈਗਾ। ਸੋ ਇਹ ਚੀਜ਼ਾਂ ਹੈਗੀਆਂ ਸਾਡੇ ਖੂਨ ਦੇ ਵਿੱਚ ਵਸੀਆਂ ਹੋਈਆਂ। ਹੁਣ ਦੀ ਗੱਲ ਜਿਹੜੀ ਕਰੀਏ ਅਸੀਂ ਵਾਇਰਸ ਦੀ ਗੱਲ ਕਰੀਏ, ਵਾਇਰਸ ਦਾ ਚਾਹੇ ਕਿਤੇ ਨਾਮ ਨਿਸ਼ਾਨ ਵੀ ਨਾ ਹੋਵੇ ਪਰ ਸਾਡੇ 'ਚੋਂ ਬਹੁਤੇ ਬੰਦੇ ਜਿਹੜੇ ਆ ਪੰਜਾਬ ਦੀ ਗੱਲ ਕਰੀਏ ਜਾਂ ਕਿਤੇ ਦੀ ਗੱਲ ਕਰੀਏ, ਉਹਨਾਂ ਨੇ ਇਸ ਫਿਕਰ ਦੇ ਵਿੱਚ ਹੀ ਅੱਧੇ ਉਹ ਵਧਨੇ ਬਿਮਾਰ ਪੈ ਜਾਣਾ। ਇੱਕ ਸੱਪ ਦਾ ਐਸਾ ਡਰ, ਡਰ ਜਿਹੜੀ ਚੀਜ਼ ਦਾ ਬੈਠ ਜਾਂਦਾ ਉਹ ਡਰ ਅੱਧਾ ਵੈਸੇ ਮਾਰ ਦਿੰਦਾ, ਜਿਵੇਂ ਸੱਪ ਦਾ ਡਰ ਬਹੁਤ ਹੁੰਦਾ ਆਪਣੇ, ਅਤੇ ਸੱਪ ਨੂੰ ਸੱਪ ਨੇ ਭਾਵੇਂ ਕੁਛ ਕਿਹਾ ਵੀ ਨਾ ਹੋਏ ਬੰਦਾ ਬੇਹੋਸ਼ ਹੋ ਕੇ ਡਿੱਗ ਪੈਂਦਾ। ਇੱਕ ਨਿਊਜ਼ੀਲੈਂਡ ਦੀ ਸ਼ਾਇਦ ਗੱਲ ਸੀਗੀ ਕਿ ਕੈਦੀ ਨੂੰ ਕਹਿੰਦੇ ਵੀ ਜ਼ਹਿਰ ਦਾ ਟੀਕਾ ਲਾਉਣਾ ਹੈ, ਉਹਨੂੰ ਸਜ਼ਾ ਹੋਈ ਸੀ ਵੀ ਤੇਰੇ ਟੀਕਾ ਲੱਗੂਗਾ, ਟੀਕੇ ਨਾਲ ਤੇਰੀ ਮੌਤ ਹੋਊਗੀ, ਜਿਵੇਂ ਆਪਣੇ ਫਾਂਸੀ ਦਿੰਦੇ। ਅਤੇ ਉਹਨਾਂ ਨੇ ਡਾਕਟਰਾਂ ਨੇ ਸੋਚਿਆ ਵੀ ਇਹਨੂੰ ਆਪਾਂ ਟੀਕਾ ਜ਼ਹਿਰ ਦਾ ਨਹੀਂ ਲਾਉਂਦੇ ਹਜੇ, ਹਜੇ ਵੈਸੇ ਪਾਣੀ ਦਾ ਟੀਕਾ ਲਾ ਦਿੰਦੇ ਹਾਂ। ਉਹਦੇ ਪਾਣੀ ਦਾ ਟੀਕਾ ਲਾਇਆ, ਕੋਈ ਦਵਾਈ ਨਹੀਂ ਸੀ ਕੋਈ ਜ਼ਹਿਰ ਨਹੀਂ ਸੀ, ਬੰਦਾ ਮਰ ਗਿਆ। ਉਹਨੇ ਸੋਚ ਹੀ ਲਿਆ, ਮੁੱਕਦੀ ਗੱਲ ਇਹ ਹੈ ਜੀ ਇੱਛਾ ਸ਼ਕਤੀ ਜਿਹਨੂੰ ਅਸੀਂ ਕਹਿੰਦੇ, ਵਿਲ ਪਾਵਰ ਜਿਹੜੀ ਹੈਗੀ ਆ ਉਹਦੀ ਵਿਲ ਪਾਵਰ ਜਿਹੜੀ ਹੈ ਪਾਸੇ ਇਕੱਠੀ ਕਰਕੇ ਰੱਖਦੇ ਹਾਂ ਨਾ ਭਾਈ, ਇਹ ਤਾਂ ਹੁਣ ਹੈ ਨਹੀਂ ਤੇਰੀ ਲੋੜ ਦੀ ਤੂੰ ਪਾਸੇ ਰਹਿ, ਹਾਲਾਂਕਿ ਵਿਲ ਪਾਵਰ ਅਗਰ ਹੈਗੀ ਆ, ਸਿਆਣੇ ਕਹਿੰਦੇ ਨੇ, ਬਹੁਤ ਸਾਰੇ ਡਾਕਟਰ ਕਹਿੰਦੇ ਨੇ, ਬਹੁਤ ਸਾਰੇ ਸਾਡੇ ਸੰਤ ਮਹਾਤਮਾ ਕਹਿੰਦੇ ਨੇ, ਅਗਰ ਤੁਹਾਡੀ ਇੱਛਾ ਸ਼ਕਤੀ ਹੈਗੀ ਆ ਤੁਸੀਂ ਵੱਡੀ ਤੋਂ ਵੱਡੀ ਬਿਮਾਰੀ ਨਾਲ ਵੀ ਲੜ ਸਕਦੇ ਆ, ਬਸ਼ਰਤੇ ਕਿ ਇੱਛਾ ਸ਼ਕਤੀ ਹੋਣੀ ਚਾਹੀਦੀ ਹੈ। ਅਸੀਂ ਪਹਿਲਾਂ ਹੀ ਸ਼ਕਤੀ ਮਾਰ ਕੇ ਬਹਿੰਦੇ, ਬਹੁਤ ਸਾਰੇ ਲੋਕ ਦੇਖੇ ਨੇ ਜਿਨ੍ਹਾਂ ਨੂੰ ਕੈਂਸਰ ਪੰਜਾਬ ਦੇ ਵਿੱਚ ਹੋਇਆ ਪਰ ਉਹ ਆਪਣਾ ਜੇ 10 ਸਾਲ ਕੱਢਣੇ ਸੀ ਤਾਂ 5 ਸਾਲਾਂ ਦੇ ਵਿੱਚ ਹੀ ਆਪਣਾ ਕੰਮ ਨਿਬੇੜ ਕੇ ਚਲੇ ਗਏ, ਉਹਨਾਂ ਨੇ ਆਪਣੀ ਇੱਛਾ ਸ਼ਕਤੀ ਖਤਮ ਕਰਤੀ, ਉਹਨਾਂ ਨੂੰ ਇਹ ਪਤਾ ਹੋ ਗਿਆ ਕਿ ਮੈਂ ਮਰਨਾ ਹੀ ਮਰਨਾ। ਔਰ ਬਹੁਤ ਸਾਰੇ ਕੇਸ ਇਹੋ ਜਿਹੇ ਜਿਨ੍ਹਾਂ ਨੇ ਆਪਣੀ ਵਿਲ ਪਾਵਰ ਕਾਇਮ ਰੱਖੀ, ਤਕੜੀ ਰੱਖੀ ਵੀ ਅਸੀਂ ਲੜਨਾ, ਉਹ ਲੜਨਾ ਬਾਕੀ ਚਲੋ ਕੁਦਰਤ ਦੇ ਹੱਥ ਫਸ ਹੁੰਦਾ ਸੀ ਹਮੇਸ਼ਾ ਕਹਿ ਦੀਦਾ, ਪਰ ਬਹੁਤ ਸਾਰੇ ਲੋਕ ਜਿਹੜੇ ਲੜੇ ਨੇ ਜਿਨ੍ਹਾਂ ਨੇ ਪਤਾ ਲੈਣ ਆਇਆ ਨੂੰ ਵੀ ਕੋਈ ਪਤਾ ਗੱਲ ਹੀ ਨਹੀਂ ਕੀਤੀ ਵੀ ਪਤਾ ਲੈਣ ਲਈ ਵੀ ਮੈਂ ਬਿਮਾਰ ਹਾਂ, ਬਹੁਤ ਵੱਡੀ ਬਿਮਾਰੀ ਹੋਣ ਦੇ ਬਾਵਜੂਦ ਵੀ ਉਹ ਬਚੇ ਵੀ ਦੇਖੇ ਨੇ। ਹੁਣ ਮੈਂ ਇਹ ਗੱਲ ਕਰਦਾ ਵੀ ਇਹ ਸਾਨੂੰ ਇੱਛਾ ਸ਼ਕਤੀ ਜਿਹੜੀ ਹੈ ਉਹ ਜਗਾਉਣੀ ਪੈਣੀ ਆ, ਹਰ ਬੰਦੇ ਨੂੰ ਜੀਣ ਦੀ ਇੱਛਾ ਰੱਖਣੀ ਪੈਣੀ ਆ ਤਾਂ ਗੱਲ ਬਣਨੀ ਆ। ਕਈ ਵਾਰੀ ਸਾਨੂੰ ਪਤਾ ਹੁੰਦਾ ਵੀ ਸਾਡੇ 'ਚ ਇੰਨੀ ਤਾਕਤ ਹੈਗੀ ਪਰ ਅਸੀਂ ਉਹ ਤਾਕਤ ਨੂੰ ਲੱਗਦਾ ਹੀ ਨਹੀਂ ਵੀ ਸਾਡੀ ਤਾਕਤ ਹੈਗੀ ਆ। ਨਿੱਕਾ ਜਿਹਾ ਸੀਗਾ ਮੈਂ 6ਵੀਂ 7ਵੀਂ 'ਚ ਪੜ੍ਹਦਾ ਹੋਣਾ ਅਤੇ ਮੈਂ ਬਿਮਾਰ ਹੋ ਗਿਆ ਕਾਫੀ ਦਿਨ, ਬਿਮਾਰ ਬਮੂਰ ਰਿਹਾ ਜਿਵੇਂ ਕਾਫੀ, ਅਤੇ 23 ਤਾਪ ਕਹਿੰਦੇ ਚੜ੍ਹਦਾ ਹੁੰਦਾ ਸੀ ਉਦੋਂ, 23 ਸੀ ਕਿ 4 ਸੀ ਉਹ ਨਹੀਂ ਮੈਨੂੰ ਪਤਾ, ਪਰ ਬੁਖਾਰ ਹੋਇਆ ਵਾਹਵਾ ਸਾਰਾ। ਬੁਖਾਰ ਹੋਣ ਤੋਂ ਬਾਅਦ ਮੈਨੂੰ ਸ਼ਹਿਰ ਆ ਗਏ ਦਵਾਈ ਲੈਣ, ਸਾਡੇ ਕੋਲ 3-4 ਕਿਲੋਮੀਟਰ ਤੋਂ ਸ਼ਹਿਰ ਪੈਂਦਾ ਸ਼ਾਹਕੋਟ ਦਾ, ਜਦੋਂ
ਡਾਕਟਰ ਕੋਲ ਦਵਾਈ ਲਈ ਅਤੇ ਮੇਰਾ ਪਾਪਾ ਮੈਨੂੰ ਦੁਕਾਨ 'ਤੇ ਬਿਠਾ ਕੇ ਅਤੇ ਆਪ ਚਲੇ ਗਏ ਵੀ ਕਿਤੇ ਸਮਾਨ ਸਮੂਨ ਲਿਆਉਣਾ ਸੀ। ਬਾਅਦ 'ਚੋਂ ਕਹਿੰਦੇ ਵੀ ਸੁਨੇਹਾ ਆਏ ਮੇਰੇ ਲੇਟ ਹੋਏ ਨਾ, ਤੂੰ ਘਰ ਨੂੰ ਚੱਲ, ਫਲਾਨਾ ਬੰਦਾ ਆਪਣੇ ਪਿੰਡ ਵਾਲਾ ਜਿਹੜਾ ਹੈਗਾ ਉਹ ਤੈਨੂੰ ਇੱਥੋਂ ਚੱਕ ਲੈਂਦਾ ਸਾਈਕਲ 'ਤੇ ਬਿਠਾ ਕੇ ਤੈਨੂੰ ਘਰ ਚੱਲ ਜਾਂਦਾ, ਤੂੰ ਚੱਲ ਜਾ। ਮੇਰੇ ਕੋਲ ਸੱਚੀ ਮੁੱਚੀ ਹਿੱਲਿਆ ਵੀ ਨਹੀਂ ਜਾਂਦਾ ਸੀ, ਮੈਂ ਹਿੱਲਾਂ ਵੀ ਕਿੱਦਾਂ, ਮੈਨੂੰ ਇਹ ਲੱਗਦਾ ਸੀ ਮੈਂ ਹਿੱਲਿਆ ਵੀ ਤਾਂ ਵੀ ਮੈਂ ਡਿੱਗ ਪੈਣਾ। ਬੰਦਾ ਆਇਆ, ਇੱਛਾ ਸ਼ਕਤੀ ਦੀ ਗੱਲ ਕਰਦਾ, ਵਿਲ ਪਾਵਰ ਦੀ ਗੱਲ ਕਰਦਾ, ਉਹ ਕਹਿੰਦਾ ਆ ਵੀ ਚੱਲੀਏ ਕਾਕਾ ਥੋੜ੍ਹੀ ਦੂਰ, ਕਹਿੰਦਾ ਮੈਂ ਉਹ ਦੁਕਾਨ ਤੋਂ ਮਾੜਾ ਸਮਾਨ ਲੈਣਾ, ਆ ਜਾ। ਤੁਰ ਕੇ ਉਹ ਦੁਕਾਨ ਤੱਕ ਪਹੁੰਚ ਗਿਆ, ਮੈਂ ਕਿਹਾ ਮੈਂ ਤਾਂ ਦੁਕਾਨ ਤੱਕ ਪਹੁੰਚ ਗਿਆ, ਫਿਰ ਮੈਨੂੰ ਲੱਗਿਆ ਮੈਂ ਡਿੱਗ ਨਾ ਪਵਾਂ। ਫਿਰ ਉਹ ਕਹਿੰਦਾ ਪੁੱਤ ਇਹ ਦੁਕਾਨ ਤੋਂ ਸਮਾਨ ਲੈ ਲਓ, ਪਰਲੀ ਦੁਕਾਨ ਤੋਂ ਮਾੜਾ ਸਮਾਨ ਲੈਣਾ, ਮੈਂ ਕਰਿਆਨੇ ਵਾਲੀ ਤੋਂ ਉੱਥੇ ਤੱਕ ਚੱਲ ਤੁਰ ਕੇ, ਉਹ ਵਾਹਵਾ ਤੁਰ ਕੇ ਮੈਨੂੰ ਅੱਧਾ ਕੁ ਕਿਲੋਮੀਟਰ ਲੈ ਗਿਆ। ਮੈਂ ਕਿਹਾ ਮੈਂ ਤਾਂ ਤੁਰ ਸਕਦਾ, ਮੈਨੂੰ ਐਵੇਂ ਲੱਗੀ ਜਾਂਦਾ ਮੈਂ ਤੁਰ ਨਹੀਂ ਸਕਦਾ। ਸੋ ਇਹ ਚੀਜ਼ ਹੈਗੀ ਹੈ ਜਿਹੜੀ ਅੱਜ ਤੁਹਾਡੇ ਨਾਲ ਡਿਸਕਸ ਕਰਨੀ ਹੈ ਵੀ ਕੀ ਇਹ ਇੱਛਾ ਸ਼ਕਤੀ ਜਿਹੜੀ ਹੈ ਵਾਕਿਆ ਕੰਮ ਆਉਂਦੀ ਹੈ ਦਵਾਈਆਂ ਤੋਂ ਅਤੇ ਦਵਾਵਾਂ ਤੋਂ ਵੀ ਉੱਪਰ ਹੈਗੀ ਆ ਜਾਂ ਫਿਰ ਨਹੀਂ। ਮੇਰੇ ਹਿਸਾਬ ਦੇ ਨਾਲ ਅਗਰ ਤੁਹਾਡੇ 'ਚ ਜੀਣ ਦੀ ਇੱਛਾ ਹੈਗੀ ਆ ਤਾਂ ਮੌਤ ਵੀ ਕੰਨੀ ਕਤਰਾ ਜਾਂਦੀ ਹੈ, ਮੌਤ ਵੀ ਪਾਸੇ ਹੋ ਜਾਂਦੀ ਹੈ। ਸੋ ਇਹ ਗੱਲਾਂ ਬਾਤਾਂ ਅੱਜ ਤੁਹਾਡੇ ਨਾਲ ਕਰਨੀ ਆ। ਬ੍ਰੇਕ ਤੋਂ ਬਾਅਦ ਨੰਬਰ ਡਾਇਲ ਕਰ ਲਓ ਜਦ ਤੱਕ ਤੁਸੀਂ ਜਿਹੜਾ ਸਕਰੀਨ 'ਤੇ ਆਉਂਦਾ, ਅਤੇ ਫਿਰ ਉਦੋਂ ਬਾਅਦ ਆਪਾਂ ਇਹ ਇੱਛਾ ਸ਼ਕਤੀ ਦੀਆਂ ਗੱਲਾਂ ਬਾਤਾਂ ਕਰਾਂਗੇ। ਨਾਲ ਕੋਈ ਕਰੋਨਾ ਵਾਇਰਸ ਦਾ ਕੋਈ ਤੁਹਾਡੇ ਕੋਈ ਦਿਮਾਗ ਦੇ ਵਿੱਚ ਹੋਵੇ ਬਚਾਓ ਜਾਂ ਕਿਵੇਂ ਕੀ ਹੋ ਸਕਦਾ ਤਾਂ ਉਹ ਜ਼ਰੂਰ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ, ਕਿਉਂਕਿ ਤੁਸੀਂ ਸਾਰੇ ਮੇਰੇ ਨਾਲੋਂ ਸਿਆਣੇ ਹੋ, ਚੰਗੀ ਗੱਲ ਕਰਦੇ ਹੋ। ਸੋ ਇਹ ਅਗਰ ਅਸੀਂ ਦੱਸਾਂਗੇ ਸਾਡੇ ਦਰਸ਼ਕਾਂ ਨੂੰ, ਉਹ ਗੱਲ ਗਾਂਹ ਦੀ ਗਾਂਹ ਪਹੁੰਚਦੀ ਹੈ। ਜਿਹੜਾ ਕੋਈ ਇੰਡੀਆ ਜਾ ਰਿਹਾ, ਕਿੱਥੇ ਜਾ ਰਿਹਾ, ਰਸਤੇ ਵਿੱਚ ਉਹਨਾਂ ਚੀਜ਼ਾਂ ਦਾ ਧਿਆਨ ਰੱਖੂਗਾ, ਕਿਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਜਾਂ ਕੀ ਇੱਛਾ ਸ਼ਕਤੀ ਨਾਲ ਇਹੋ ਜਿਹੀ ਬਿਮਾਰੀ ਨਾਲ ਵੀ ਲੜਿਆ ਜਾ ਸਕਦਾ ਕਿ ਨਹੀਂ ਲੜਿਆ ਜਾ ਸਕਦਾ। ਫਿਲਹਾਲ ਬ੍ਰੇਕ ਲੈਂਦੇ ਹਾਂ, ਦੇਖਦੇ ਰਹੋ ਜਸ ਪੰਜਾਬ। ਬ੍ਰੇਕ ਤੋਂ ਬਾਅਦ ਹਾਜ਼ਰ ਹੈ ਜੀ ਗੱਲਬਾਤ। ਅੱਜ ਥੋੜ੍ਹਾ ਜਿਹਾ ਵਿਸ਼ਾ ਜਿਹੜਾ ਉਹ ਟੈਕਨੀਕਲ ਜਿਹਾ ਹੈਗਾ। ਵੈਸੇ ਤਾਂ ਕੁਦਰਤੀ ਆਫਤਾਂ ਦੀ ਗੱਲ ਕਰੀਏ ਤਾਂ ਸਮੇਂ ਸਮੇਂ 'ਤੇ ਬਹੁਤ ਸਾਰੀਆਂ ਕੁਦਰਤੀ ਆਫਤਾਂ ਪੈਂਦੀਆਂ, ਕਦੇ ਸੁਨਾਮੀ ਆ ਗਈ, ਕਦੇ ਕੁਛ ਆ ਗਈ, ਕਦੇ ਕੁਛ ਆ ਗਈ। ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਅੱਗ ਨੇ, ਪਹਿਲਾਂ ਕੈਲੀਫੋਰਨੀਆ ਦੀ ਅੱਗ ਮਸ਼ਹੂਰ ਸੀਗੀ ਪੂਰੀ ਦੁਨੀਆ ਦੇ ਵਿੱਚ, ਜਦੋਂ ਕੈਲੀਫੋਰਨੀਆ 'ਚ ਅੱਗ ਲੱਗਦੀ ਆ ਤਾਂ ਬਹੁਤ ਨੁਕਸਾਨ ਕਰਕੇ ਜਾਂਦੀ ਆ, ਪਰ ਹੁਣ ਜਿਹੜੀ ਉੱਥੇ ਅੱਗ ਲੱਗੀ ਹੈਗੀ ਆ, ਆਸਟ੍ਰੇਲੀਆ 'ਚ ਲੱਗੀ ਸੀ, ਉਹਨੇ ਉਹ ਜੋ ਉਹਨੇ ਨੁਕਸਾਨ ਕੀਤਾ ਮੇਰਾ ਖਿਆਲ ਨਹੀਂ ਕਿਸੇ ਨੇ ਪਹਿਲਾਂ ਕੀਤਾ ਹੋਊਗਾ। ਗੱਲ ਆ ਗਈ ਹੁਣ ਵਾਇਰਸ ਦੀ। ਸਾਡੇ ਬਹੁਤ ਸਾਰੇ ਦੋਸਤ ਮਿੱਤਰ ਗਏ ਨੇ। ਚੰਗੀ ਗੱਲ ਇਹ ਹੈ ਕਿ ਚੰਡੀਗੜ੍ਹ ਦੇ ਵਿੱਚ ਇੱਕ ਕੇਸ ਸੀਗਾ, ਇੱਕ ਮੋਹਾਲੀ ਦੇ ਵਿੱਚ ਕੇਸ ਸੀਗਾ, ਅਤੇ ਉਹ ਸਹੀ ਨਿਕਲਿਆ। ਉਹ ਕਹਿੰਦੇ ਵੀ ਨਹੀਂ, ਇਹਨਾਂ ਨੂੰ ਹੈ ਨਹੀਂ, ਸ਼ੱਕ ਹੀ ਸੀਗਾ। ਚਲੋ ਇਹ ਚੰਗੀ ਖਬਰ ਹੈਗੀ, ਚੰਗਾ ਸੁਨੇਹਾ ਹੈਗਾ। ਪਰ ਇੱਛਾ ਸ਼ਕਤੀ, ਵਿਲ ਪਾਵਰ, ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਆਪਾਂ ਗੱਲਬਾਤ ਕਰਾਂਗੇ। ਪਰ ਫਿਲਹਾਲ ਦਵਿੰਦਰ ਹੋਠੀ ਸਾਹਿਬ ਫੋਨ ਲਾਈਨ 'ਤੇ ਹੈਗੇ ਨੇ, ਇਹ ਜਾਣਦੇ ਜੀ ਵਾਇਰਸ ਇਹਨਾਂ ਦਾ ਕੀ ਕਹਿੰਦਾ। ਹਾਂਜੀ ਦਵਿੰਦਰ ਸਾਹਿਬ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ, ਥੈਂਕ ਯੂ। ਕਿੱਦਾਂ ਵਾਇਰਸ ਤੇ ਟਰੱਕ 'ਚ ਆਇਆ, ਵਾਇਰਸ ਆਇਆ ਤੁਹਾਡੇ ਕਿਤੇ ਟਰੱਕ 'ਚ? ਟਰੱਕ ਦੇ ਵਿੱਚ ਆਇਆ, 6 ਮਹੀਨੇ ਹੋ ਗਏ, ਕੱਲ ਪਰਸੋਂ ਜ਼ਿਆਦਾ ਹੀ ਆ ਗਿਆ, ਇਹ ਤਾਂ ਹੁਣ ਵੇਖਣ ਨਹੀਂ ਪਿਆ, 2 ਦਿਨ ਹੋ ਗਿਆ ਖੜੇ ਨੂੰ। ਅੱਛਾ ਅੱਛਾ, ਇਹ ਬਾਬੇ ਮੈਂ ਲੱਗਦਾ ਅੱਜ ਵੀਰਵਾਰ ਆ, ਕਿਸੇ ਬਾਬੇ ਬੂਬੇ ਤੋਂ ਪੁੱਛ ਪੁੱਛ ਲੈ ਰਹੀ ਸੀ। ਮੈਂ ਕਹਿੰਦਾ ਬਾਬਾ ਮੇਰੇ ਤੋਂ ਪੁੱਛਣਾ ਜੀ। ਅੱਛਾ, ਉਹਦੇ ਟਰੱਕ ਤਾਂ ਆਪ ਹੀ ਠੀਕ ਕੀਤਾ ਹਨਾ, ਮਿਸਤਰੀ ਵੀ ਜਵਾਬ ਦੇਗਾ, 2-3 ਮਿਸਤਰੀ ਚਲੋ ਐਨੀ ਵੇ। ਆਪਾਂ ਗੱਲ ਕਰਦੇ ਸੀ ਵਾਇਰਸ ਦੀ। ਹਾਂ, ਮੈਂ ਇਦੋਂ ਪਹਿਲਾਂ ਗੱਲ ਨਿਬੇੜ ਲਵਾਂ, ਇੱਥੇ ਅਮਰੀਕਾ ਦਾ ਕਹਿੰਦੇ ਅਸੂਲ ਹੈ, ਹਾਂਜੀ, ਵੀ ਆਪ ਮਰੇ ਹੀ ਸਵਰਗ ਮਿਲਣਾ। ਇਹ ਸੋਚੀਏ ਵੀ ਮਰ ਜੇ ਗਵਾਂਢੀ ਸਵਰਗ ਮੈਨੂੰ ਮਿਲ ਜਾਏ, ਤੇ ਇਹ ਨਹੀਂ ਹੈਗਾ ਇੱਥੇ। ਜੀ ਜੀ ਜੀ, ਸਭ ਕੁਛ ਅਮਰੀਕਾ ਦੇਖੋ ਜੀ, ਸਭ ਕੁਛ ਸਿਖਾਉਂਦਾ, ਉੱਥੇ ਆਪਾਂ ਕੋਈ ਕੰਮ ਨਹੀਂ ਕਰਿਆ ਹੁੰਦਾ, ਇੱਥੇ ਸਾਨੂੰ ਤਾਕੀਆਂ ਬਾਰੀਆਂ ਵੀ ਲਾਉਣੀਆਂ ਆ ਜਾਂਦੀਆਂ, ਕੰਮ ਪੇਂਟ ਵੀ ਆ ਜਾਂਦਾ ਉੱਥੇ, ਨਿੱਕੀ ਜਿਹੀ ਕਿੱਲ ਵੀ ਠੋਕਣੀ ਹੁੰਦੀ, ਉਹ ਵੀ ਮਿਸਤਰੀ ਬਣਾਉਣੇ, ਇੱਕ ਸੁੱਚ ਵੀ ਖਰਾਬ ਹੋ ਜਾਂਦਾ ਉਹ ਵੀ ਫਿਰ ਬਿਜਲੀ ਵਾਲਾ ਬੁਲਾਉਂਦੇ, ਇੱਕ ਪਰਮਾਨੈਂਟ ਰੱਖੇ ਹੁੰਦੇ ਜਿਹੜੇ ਫੈਮਿਲੀ ਮਿਸਤਰੀ, ਉਹਨਾਂ ਨੂੰ ਬਲਾਕ ਕਰਦੇ, ਇੱਥੇ ਸਾਰਾ ਕੁਛ ਸਿਖਾਉਂਦਾ ਅਮਰੀਕਾ। ਉੱਥੇ ਉੱਥੇ ਦੀ ਮੈਂਟੈਲਿਟੀ ਉਹ ਬਣੀ ਹੁੰਦੀ ਆ ਨਾ, ਵੀ ਅਸੀਂ ਤੇ ਬੌਸ ਹੀ ਆ, ਅਸੀਂ ਆਪ ਥੋੜੀ ਕੰਮ ਕਰਨਾ, ਜੇ ਕੰਮ ਕਰਦੇ ਨੇ ਕਹਿੰਦੇ ਦੇਖ ਲੈ, ਲੋਕੀ ਕਹਿਣਗੇ ਹੈ ਕਲੀ ਕਹਿਣਾ ਆਪੇ ਕਰੀ ਜਾਂਦਾ, ਹੱਦ ਹੋ ਗਈ। ਉੱਥੇ ਤਾਂ ਬੰਦਾ ਸਾਈਕਲ ਤੇ ਜਾਂਦਾ, ਉਹਨੂੰ ਵੀ ਸਾਈਕਲ ਤੇ ਜੀਣ ਦਿੰਦੇ, ਕਿਉਂ ਭਾਜੀ ਕੀ ਗੱਲ, ਸਾਈਕਲ ਤੇ ਆ ਗਏ ਲੈ ਦੱਸ। ਦੂਜੀ ਗੱਲ ਇਹ ਆ ਵੀ ਜੇ ਕੋਈ ਕਹਿਮਤ ਕਰ ਵੀ ਲਵੇ ਨਾ, ਤੇ ਮੈਂ ਆਪ ਹੀ ਕਲੀ ਕਰ ਲਵਾਂ ਜਾਂ ਰੰਗ ਕਰ ਲਵਾਂ, ਤੇ ਉਹ ਆਂਢੀਆਂ ਗਵਾਂਢੀਆਂ ਪਿਕਚਰਾਂ ਕਰੀ ਜਾਣੀਆਂ, ਜਦੋਂ ਮੋਗਿਆ ਸਾਡੇ ਵੀ ਕਰਦੀ, ਤੇਰਾ ਮੋਗਿਆ ਸਾਡੇ ਵੀ ਕਰਦੀ, ਮਤਲਬ ਹਿੱਲਣੇ ਵੀ ਯਾਰ। ਇਹ ਦੇਖੋ ਇਹੀ ਫਰਕ ਹੈਗਾ ਬਾਹਰਲੇ ਮੁਲਕਾਂ ਦਾ ਤੇ ਭਾਰਤ ਦਾ, ਆਪਣੇ ਪੰਜਾਬ ਦਾ, ਕਿ ਇੱਥੇ ਸਾਰੇ ਕੰਮ ਔਰ ਕੋਈ ਸ਼ਰਮ ਨਹੀਂ। ਮੈਂ ਮੇਰੇ ਖਿਆਲ ਪਹਿਲਾਂ ਵੀ ਗੱਲ ਕੀਤੀ, ਚਲੋ ਵਾਇਰਸ ਵਾਲੇ ਪਾਸੇ ਵੀ ਉਹਨਾਂ ਵਾਇਰਸ ਕੋਈ ਹੁਣ ਲੰਬੀ ਚੌੜੀ ਗੱਲ ਉੱਤੇ ਬਾਹਲੀ ਮੇਰੇ ਖਿਆਲ ਕਰਨ ਵਾਲੀ ਕੋਈ ਹੈ ਨਹੀਂ ਹੋਰ ਨਾਲ ਨਾਲ। ਮੈਂ ਅਸੀਂ ਪਹਿਲਾਂ ਪਹਿਲਾਂ ਆਏ ਇੱਥੇ, ਪਹਿਲੀ ਵਾਰ ਕਰਮਜੀਤ ਅਨਮੋਲ ਪਹਿਲੀ ਵਾਰ ਆਇਆ ਸਾਡੇ ਨਾਲ,
ਅੱਛਾ ਜੀ, ਇੰਡੀਅਨ ਰੈਸਟੋਰੈਂਟ 'ਚ ਖਾਣਾ ਖਾਣ ਚੱਲ ਗਏ ਅਤੇ ਉੱਥੇ ਕੁੜੀ ਨੇ ਦੱਸਿਆ ਵੀ ਮੈਂ ਭਗਵੰਤ ਨੂੰ ਕਿਹਾ ਵੀ ਮੈਂ ਤੁਹਾਡੀ ਫਲਾਣੇ ਦੂਰੋਂ ਨੇੜੇ ਰਿਸ਼ਤੇ ਨੂੰ ਫਲਾਣੇ ਬਰਾੜ ਸਾਹਿਬ ਜਿਹੜੇ ਹੈਗੇ ਨੇ ਫਲਾਣਾ ਬਰਾੜ ਮੈਂ ਉਹਦੀ ਭੈਣ ਹੈ। ਅੱਛਾ, ਅਤੇ ਉਹ ਕਹਿੰਦੇ ਚਲੋ ਹਾਂ ਮਿਲੇ ਗਿਲੇ ਅਤੇ ਉਹ ਕਰਮਜੀਤ ਬਾਅਦ 'ਚ ਆ ਕੇ ਅੱਖਾਂ ਉਹਦੀਆਂ ਖੁੱਲੀਆਂ, ਓਏ ਬਰਾੜਾ ਦੀ ਕੁੜੀ ਰੈਸਟੋਰੈਂਟ 'ਤੇ ਭਾਂਡੇ ਚੱਕਦੀ ਫਿਰਦੀ ਓਏ। ਦੇਖੀ ਵੈਨਕੂਵਰ ਗਿਆ ਅਤੇ ਉੱਥੇ ਬਹੁਤ ਵੱਡਾ ਸਾਡਾ ਕੁਲਵਿੰਦਰ ਮਿਊਜ਼ਿਕ ਵੇ ਵਾਲਾ ਸਾਡਾ ਮਿੱਤਰ ਸੀਗਾ, ਹਾਂਜੀ, ਉਹਦੇ ਦਫ਼ਤਰ 'ਚ ਚਲ ਗਿਆ ਅਤੇ ਉਹ ਬਹੁਤ ਵੱਡਾ ਦਫ਼ਤਰ, 100-150 ਉੱਥੇ ਇੰਪਲਾਈ ਹੋਣਾ, ਬੜਾ ਵੱਡਾ ਦਫ਼ਤਰ। ਅਤੇ ਉਹ ਕਹਿੰਦਾ ਯਾਰ ਚਾਹ ਪੀਂਦੇ ਹਾਂ, ਉਹ ਚਲੇ ਗਿਆ। ਉਹਨੂੰ ਇਹ ਸੀ ਬਿੱਲ ਮਾਰੂਗਾ ਤਾਂ ਅਸੀਂ ਤਾਂ ਹੁਣ ਨੌਕਰ ਆਊਗਾ ਜੇ ਸਰ ਕੀ ਲਿਆ ਉਹਨਾਂ 'ਤੇ ਕੀ ਕਰਨਗੇ। ਤਾਂ ਉਹ 10 ਕੁ ਮਿੰਟ ਬਾਅਦ ਕੱਪ ਚਾਹ ਦੇ 3 ਚੱਕੇ ਹੋਏ ਹੱਥ 'ਚ ਅਤੇ ਆਪ ਤੁਰਿਆ ਵੇ, ਉਹ ਹੈਰਾਨ ਰਹਿ ਗਿਆ, ਕਹਿੰਦਾ ਯਾਰ ਇੰਡੀਆ ਹੋਇਆ ਆਹ ਬੰਦਾ ਕਿੰਨਾ ਟਾਵਰ ਆ। ਚਲੋ ਖੈਰ, ਅਮੈਰੀਕਾ ਦੀ ਔਰ ਇੰਡੀਆ ਦੀ ਆਪਾਂ ਗੱਲਬਾਤ ਨਾਲ ਨਾਲ ਕੀਤੀ ਹੈ। ਹੁਣ ਇਹ ਜਿਹੜਾ ਵਾਇਰਸ ਹੈ, ਹਾਂਜੀ, ਇਹਦੇ ਬਾਰੇ ਕੀ ਵਿਚਾਰ ਨੇ? ਵੈਸੇ ਮੈਂ ਜਿਹੜੀ ਗੱਲ ਪਹਿਲਾਂ ਕੀਤੀ ਹੈ, ਬਹੁਤ ਸਾਰੇ ਹੈਗੇ ਬੰਦੇ ਐਸੇ ਮਿਲੇ ਨੇ ਜਿਨ੍ਹਾਂ ਦੀਆਂ ਜੀਵਨੀਆਂ ਪੜ੍ਹ ਲਓ, ਚਾਹੇ ਵੈਸੇ ਗੱਲ ਕਰ ਲਓ, ਜਿਨ੍ਹਾਂ ਨੇ ਆਪਣੀ ਵਿਲ ਪਾਵਰ ਦੇ ਨਾਲ ਵੱਡੀਆਂ ਤੋਂ ਵੱਡੀਆਂ ਬਿਮਾਰੀਆਂ ਨੂੰ ਹਰਾਇਆ। ਕੀ ਇਹੋ ਜਿਹੇ ਵਾਇਰਸ ਵੀ ਵਿਲ ਪਾਵਰ ਨਾਲ ਖਤਮ ਹੋ ਸਕਦੇ ਕਿ ਇਹ ਬਸ ਤੋਂ ਬਾਹਰ ਹੈ? ਦੇਖੋ ਗੱਲ ਇੱਦਾਂ ਭਾਜੀ, ਜਦੋਂ ਬੰਦੇ ਨੇ ਤੱਕ ਹੀ ਲਿਆ ਵੀ ਵਾਇਰਸ ਆ ਗਿਆ ਤੇ ਹੁਣ ਕੁਛ ਨੀ ਹੋਣਾ, ਫਿਰ ਕੁਛ ਨੀ ਹੋਣਾ। ਜੇ ਬੰਦੇ ਦੇ ਵਿੱਚ ਹੈਗੀ ਆ ਸ਼ਕਤੀ, ਬੰਦਾ ਪੈਰ ਮਾਰਦਾ ਰਹਾ ਤੇ ਕੁਛ ਨਾ ਕੁਛ ਹੱਲ ਵੀ ਨਿਕਲ ਆਉਂਦਾ ਹੈ ਨਾ ਤਕਰੀਬਨ। ਮੈਂ ਇਹੀ ਗੱਲ ਕੀਤੀ ਹੈ ਵੀ ਹੱਲ ਕੱਢਣ ਦੀ, ਔਰ ਪੰਜਾਬ ਦੀ ਆਪਾਂ ਜੇ ਪੁਰਾਣਾ ਆਪਣਾ ਦੇਖੀਏ, ਆਪਣੇ ਨਿਕਲੇ ਕੇ ਹੁੰਦੇ ਸੀ ਜੇ ਕੁਛ ਵੀ ਹੱਲ ਕੱਢਣ ਦੀ ਬਜਾਏ ਤਾਂ ਉਹ ਤਾਂ ਨਾਲ ਦੀ ਨਾਲ ਹੀ ਕੰਮ ਨਿਬੇੜ ਹੁੰਦੇ ਸੀ। ਲੈ ਵੀ ਹੁਣ ਨੀ ਬਾਜਦਾ, ਮੁਸ਼ਕਲ ਹੈ, ਨਾ ਹੀ ਹੱਥ ਖੜੇ ਕਰਦੇ ਸੀ। ਹਾਂ ਨਹੀਂ, ਡਾਕਟਰ ਨਹੀਂ ਕਰਦੇ ਇਸ ਵਿਸ਼ੇ ਤੇ ਥੋੜੇ ਲੋਕਾਂ ਦਾ ਵਿਚਾਰ ਘੱਟ ਹੀ ਹੋਣਾ ਤੇ ਮੈਂ ਕਾਲ ਜਿਹੜੀ ਆਉਂਦੀ ਤਾਂ ਉਹ ਨਾ ਜਾਣਦੇ ਹਾਂ। ਹੈਲੋ, ਹੈਲੋ, ਹਾਂਜੀ ਦਵਿੰਦਰ ਜੀ, ਹਾਂਜੀ ਹਾਂਜੀ ਹਾਂਜੀ, ਆਪਾਂ ਗੱਲ ਕਰਦੇ ਸੀ ਵੀ ਉਹ ਰੌਣਾ ਪੈ ਗਿਆ ਵੀ ਬਹੁਤ ਤੁਸੀਂ ਵੀ ਸੁਣਿਆ ਹੋਣਾ ਨਾ, ਖਾਸ ਕਰਕੇ ਆਪਣੀ ਕਮਿਊਨਿਟੀ ਜ਼ਿਆਦਾ ਵੀ ਚੀਨੀਆਂ ਨੇ ਆਪ ਹੀ ਸ਼ੁਰੂ ਕੀਤਾ, ਉਹਨਾਂ ਨੇ ਸੱਪ ਖਾ ਲਿਆ, ਉਹਨਾਂ ਨੇ ਚਮਗਿੱਦੜ ਖਾ ਲਿਆ, ਉਹਨਾਂ ਨੇ ਡੱਡੂ ਖਾਂਦੇ ਆ ਤਾਂ ਹਨਾ, ਤੇ ਇੱਦਾਂ ਦੀਆਂ ਚੀਜ਼ਾਂ ਖਾਂਦੇ ਕਰਕੇ ਉਹ ਸਾਰੇ ਲਕੀਰ ਦੇ, ਹਾਂ ਸਾਰੇ ਲਕੀਰ ਦੇ ਸਕੀਰ ਬਣੇ ਕਹੀ ਜਾਂਦੇ, ਹਾਂ ਉਹ ਖਾਧੇ ਆ ਸੱਪਾਂ ਤੋਂ ਵਾਇਰਸ ਹੋ ਗਿਆ। ਪਰ ਮੈਂ ਇਹ ਪਾਇਆ ਵੀ ਯਾਰ ਇਹ ਜਿਹੜੀ ਚੀਜ਼ ਆ ਉਹ ਲੋਕਾਂ ਨੇ ਹੁਣ ਨੀ ਖਾਣੀ ਸ਼ੁਰੂ ਕੀਤੀ, ਉਹ ਲੋਕ ਸਦੀਆਂ ਤੋਂ ਇਹੀ ਚੀਜ਼ ਖਾਂਦੇ ਆਏ ਆ। ਡੈਸ਼ ਭਰਤਾ ਸੀ ਖਾਲੀ ਤਾਂ ਲੋਕਾਂ ਦੇ ਭਰਨ ਨੂੰ ਵੀ ਹੋ ਸਕਦਾ ਡੈਸ਼, ਕਿਉਂਕਿ ਅੱਜ ਕੱਲ ਜਿਹੜੀ ਲੜਾਈ ਆ ਨਾ ਇਹ ਇਕੱਲੇ ਬੰਬਾਂ ਨਾਲ ਨੀ ਹੁੰਦੀ, ਲੜਾਈ ਦਾ ਕੰਮ ਹੁੰਦਾ ਬੰਦੇ ਮਾਰਨੇ, ਇਹ ਜ਼ਰੂਰੀ ਨਹੀਂ ਹੈ ਕਿ ਬੰਦੇ ਸਿਰਫ ਬੰਬਾਂ ਨਾਲ ਹੀ ਮਾਰਨੇ, ਜਿੱਦਾਂ ਵੀ ਮਾਰਦੇ, ਜਿਹੜਾ ਜ਼ਿਆਦਾ ਕੋਈ ਤੜੇ ਆਕੜੇ ਉਹਦਾ ਸਮਾਨ ਤਿਆਰ ਰੱਖਿਆ ਹੋਇਆ ਹਰ ਬੰਦੇ ਦਾ। ਨਹੀਂ ਇਹਦਾ ਇੱਕ ਮਿੰਟ, ਇਹਦਾ ਫਿਰ ਕੀ ਚੀਨ ਦੇ ਵਿੱਚ ਕਿਹਦਾ ਇਹਨਾਂ ਦੀ ਕੀ ਕਿਹਦੀ ਦੁਸ਼ਮਣੀ ਹੋ ਸਕਦੀ ਹੈ ਚੀਨ ਦੀ? ਤਾਂ ਦੇਖੋ ਚੀਨ ਦੇ ਹੈ ਕਿਹਦੇ ਨਾਲ ਨੀ, ਨਹੀਂ ਪਰ ਵਾਇਰਸ ਤਾਂ ਉਹਨਾਂ ਕੋਲੋਂ ਹੀ ਆਇਆ, ਕਿਸੇ ਨੇ ਜੇਬ ਨਹੀਂ ਪਾਇਆ ਜਾ ਕੇ। ਨਹੀਂ ਨਹੀਂ ਹਾਂ ਉਹੀ ਆ, ਉਹੀ ਗੱਲ ਮੈਂ ਕਰਦਾ, ਉਹ ਆਪਣਾ ਦਿਮਾਗ ਲਾਉਣਾ ਵੀ ਜਿਹੜਾ ਜਿਹੜਾ ਇਹੋ ਜਿਹਾ ਚੀਜ਼ ਤਿਆਰ ਕਰ ਸਕਦਾ ਔਰ ਉੱਥੇ ਪਹੁੰਚਾ ਸਕਦਾ, ਇਹ ਹੋ ਸਕਦਾ, ਪਏ ਨਹੀਂ ਕਹਿੰਦੇ ਏਦਾਂ ਹੀ ਕੀਤਾ ਗਿਆ। ਹੁਣ ਦੁਸ਼ਮਣੀ ਦਫਾ ਮੁਲਕਾਂ ਨਾਲ ਹੋਊਗੀ ਹਨਾ, ਪਰ ਕਰਨ ਵਾਲਾ ਕੋਈ ਇੱਕ ਅੱਧਾ ਹੀ ਹੁੰਦਾ, ਜੇ ਚ ਜ਼ਰੂਰਤ ਵੀ ਹੁੰਦੀ ਹੈ ਉੱਥੇ ਪਹੁੰਚਾਉਣ ਦੀ, ਉਹ ਚੀਜ਼ ਨੂੰ ਤਿਆਰ ਕਰਨ ਦੀ ਵੀ ਉਹ ਚ ਪਾਵਰ ਹੁੰਦੀ ਹੈ ਹਨਾ। ਤੇ ਸੋ ਏਦਾਂ ਦੀ ਗੱਲ ਕੀਤੀ ਵੀ ਮੇਰਾ ਕਹਿਣ ਦਾ ਸਿਰਫ ਮਤਲਬ ਇਹ ਸੀ ਕਿ ਇੱਕ ਲਕੀਰ ਤੋਂ ਹਟ ਕੇ ਸੋਚਣ ਦੀ ਲੋੜ ਹੈ, ਤੇ ਇਹ ਨਾ ਕਰੀ ਚਲੋ ਵੀ ਚੀਨ ਸੱਪ ਖਾਧੇ ਤਾਂ ਹੋ ਗਿਆ, ਸੱਪ ਖਾਧੇ ਸੱਪਾਂ ਤੋਂ ਆ ਗਿਆ, ਉਹਨਾਂ ਨੇ ਹੁਣ ਨਹੀਂ ਖਾਣੇ ਸ਼ੁਰੂ ਕੀਤੇ, ਚਿਰਾਂ ਤੋਂ ਖਾਂਦੇ ਆ ਉਹ। ਹਾਂ ਕੋਈ ਵੀ ਕਾਰਨ ਹੋ ਸਕਦਾ। ਅੱਛਾ ਅਸੀਂ ਐਲੇ ਗਏ ਸੀ, ਐਲੇ ਦਾ ਮੈਂ ਦੇਖਿਆ ਉੱਥੇ, ਕਹਿੰਦੇ ਦੱਸਿਆ ਸਾਨੂੰ ਕਿਸੇ ਨੇ, ਹਾਂਜੀ, ਐਲੇ ਬੀਚ ਦੇ ਉੱਪਰ, ਹਾਂਜੀ, ਉਹ ਜਿਹੜੇ ਹੈਗੇ ਨੇ ਜਿਹੜੇ ਹੋਮਲੈਸ ਵਾਲੇ ਜਿਹੜੇ ਹੈਗੇ ਨੇ ਲੁੱਟਣ ਵਾਲੇ, ਤਾਂ ਉਹ ਸੂਈਆਂ ਜਿਹੀਆਂ ਹੱਥ 'ਚ ਹੈਗੀਆਂ, ਕੋਈ ਸੂਈਆਂ ਵੈਸੇ ਨੀਡਲ ਕੋਈ, ਹਾਂਜੀ, ਉਹ ਡਰਾਉਂਦੇ ਨੇ ਵੀ ਇਹ ਵਾਇਰਸ ਹੈਗਾ ਇਹਦੇ 'ਚ ਇਹਨਾਂ ਤੁਹਾਡੀ ਡੈਥ ਹੋ ਜੂਗੀ, ਮੈਂ ਤੁਹਾਡੇ ਸੂਈ ਮਾਰ ਲੱਗਾ ਨੇ ਤਾਂ ਮੈਂ ਪੈਸੇ ਦੇ ਦਿਓ। ਉਹਨਾਂ ਨੂੰ ਪੈਸੇ ਵਗੈਰਾ ਉਹ ਦੇ ਦਿੰਦੇ ਨੇ, ਸੋ ਇੱਕ ਡਰ ਪੈਦਾ ਕਰਨ ਦੀ ਲੋੜ ਹੈ, ਜਿਵੇਂ ਬਾਬਿਆਂ ਨੇ ਡਰ ਪੈਦਾ ਕੀਤਾ, ਡਰ ਪੈਦਾ ਕਰਕੇ ਉਹ ਆਪਣੀ ਦੁਕਾਨਦਾਰੀ 'ਚ ਲਾ ਰਹੇ ਨੇ, ਇਵੇਂ ਹੀ ਇਹ ਵਾਇਰਸ ਦਾ ਡਰ ਐਸਾ ਪਾ ਕੇ ਇਹਦੇ ਨਾਲ ਕੀ ਨੁਕਸਾਨ ਕਰਨਾ ਚਾਹੁੰਦੇ ਨੇ, ਇਹ ਹੁਣ ਟਾਈਮ ਦੱਸੂ।
ਵਾਇਰਸ ਦੀ ਗੱਲ ਕਰਦੇ ਬਈ ਮੈਂ ਪੜ੍ਹਦਾ ਸੀ ਇਹਦਾ ਕਹਿੰਦੇ ਬਈ ਤੁਸੀਂ ਪੜ੍ਹਿਆ ਹੋਣਾ ਵੀ ਇਹਦੀਆਂ ਨਿਸ਼ਾਨੀਆਂ ਕਹਿੰਦੇ ਇਹ ਆ ਬਈ ਉਹ ਜਿੱਦਾਂ ਜੁਕਾਮ ਵਰਗੇ ਇਲਾਜ ਹੁੰਦੇ ਬੰਦੇ ਨੂੰ ਠੰਡ ਲੱਗਣ ਲੱਗ ਪੈਂਦੀ ਆ ਤੇ ਫਿਰ ਉਹੀ ਪ੍ਰੋਫੈਸਰ ਦਾ ਜੁਕਾਮ ਵਾਲਾ ਹੁੰਦਾ ਜੁਕਾਮ ਖੰਘ ਤੇ ਉਹੀ ਹੁੰਦਾ 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 ਕਹਿੰਦੇ ਫਿਰ ਵੱਧ ਜਾਂਦਾ ਫੀਵਰ ਹੋ ਜਾਂਦਾ ਏਦਾਂ ਦੀਆਂ ਚੀਜ਼ਾਂ ਪੜ੍ਹਦਾ ਸੀ ਤੇ ਮੈਂ ਕਿਹਾ ਕਈ ਵਾਰੀ ਉਹ ਗੱਲ ਨਾ ਹੋ ਜਾਵੇ ਵੀ ਏਦਾਂ ਵੀ ਓਦਾਂ ਵੀ ਕਿਸੇ ਨੂੰ ਠੰਡ ਲੱਗਦੀ ਆ ਜੁਕਾਮ ਤੇ ਓਦਾਂ ਵੀ ਹੁੰਦਾ ਹੀ ਆ ਤੇ ਦਿਮਾਗ ਦੇ ਵਿੱਚ ਉਹ ਚੀਜ਼ ਨਾ ਆ ਜਾਵੇ ਪਰ ਮੈਨੂੰ ਤੂੰ ਆਵੇ ਤੁਹਾਡੀ ਗੱਲ ਖਾਣੋ ਉਹ ਵਿਲ ਪਾਵਰ ਹੀ ਆਪਣੀ ਪਹਿਲੇ ਫਿੱਟ ਕੇ ਉੱਧਰ ਤਿਆਰੀ ਕਰ ਲਵੇ ਨਾਲ ਬੰਦਾ ਸੋਚੀ ਜਾਂਦਾ ਹਾਂ ਹਾਂ ਮੇਰੇ ਨਾਲ ਦੀ ਸੀਟ ਤੇ ਚੀਨਾ ਬੈਠਾ ਸੀ ਭਰਾਵਾ ਮੈਨੂੰ ਤਾਂ ਠੰਡ ਲੱਗ ਗਈ ਹੁਣ ਤੇ ਜੇ ਡਾਕਟਰ ਨੇ ਪੁੱਛ ਲਿਆ ਵੀ ਭਾਈ ਤੇਰੇ ਕਿੱਥੋਂ ਆਇਆ ਮੈਂ ਫਲੈਟ ਦੇ ਵਿੱਚ ਕਹਿੰਦਾ ਜਹਾਜ਼ 'ਚ ਆਇਆ ਕਹਿੰਦਾ ਨਾਲ ਦੀ ਸੀਟ ਕੋਈ ਚੀਨਾ ਨੀ ਬੈਠਾ ਜੀ ਉਹਨੇ ਕਹਿੰਦਾ ਹਾਂ ਬੈਠਾ ਸਹੀ ਕਹਿੰਦਾ ਅੱਛਾ ਟੈਸਟ ਕਰਨੇ ਪੈਣਗੇ ਉਹਦਾ ਫਿਊਜ਼ ਉੜ ਜਾਣਾ ਬੰਦੇ ਦਾ ਇਹਨੇ ਜਿਹੜੀਆਂ ਨਾ ਇਹਦੇ ਬਾਰੇ ਕਿਵੇਂ ਅਵੇਅਰ ਕਰ ਸਕਦੇ ਲੋਕਾਂ ਨੂੰ ਵੀ ਜ਼ਰੂਰੀ ਨਹੀਂ ਹੈ ਚੀਨਾ ਨਾਲ ਬੈਠਾ ਤੁਹਾਨੂੰ ਇਹ ਹੋ ਸਕਦਾ ਲੱਖਾਂ ਕੁ ਮੈਨੂੰ ਵੀ ਆ ਗਈ ਹੈ ਆਪਣੇ ਆਪ ਨੂੰ ਗਰਮ ਰੱਖੋ ਚਾਹ ਪਾਣੀ ਪੀਓ ਚਾਹ ਕਾਫੀ ਪੀਓ ਜੋ ਵੀ ਤੁਸੀਂ ਪੀਨੇ ਆ ਨਾ ਚਲੋ ਹਾਂਜੀ ਕਵਿਤਾ ਵਾਲੇ ਪਾਸੇ ਚੱਲੀਏ ਮਾੜਾ ਹੋਲਡ ਕਰਕੇ ਫੋਨ ਕਿਉਂਕਿ ਕੱਲ ਆ ਫਿਰ ਉਹ ਕੱਟ ਹੋਈ ਜਾਂਦੀ ਹੈ ਫਟਾਫਟ ਤੇ ਹਾਂ ਹਾਂਜੀ ਦਵਿੰਦਰ ਦਵਿੰਦਰ ਆਪਾਂ ਹੁਣ ਵਾਈਂਡ ਅਪ ਕਰੀਏ ਤੇ ਫਿਰ ਕਵਿਤਾ ਹੈ ਕਿਹੜੀ ਅੱਜ ਚਲੋ ਆਪਾਂ ਏਦਾਂ ਕਰਦੇ ਠੰਡ ਦੀ ਗੱਲ ਕਰਦੇ ਇਹੀ ਲਾ ਦਿੰਦੇ ਚਾਹ ਹੀ ਪਿਲਾ ਦਿੰਦਾ ਤੁਹਾਨੂੰ ਗਰਮ ਗਰਮ ਹਨਾ ਚਾਹ ਦੀ ਗੱਲ ਆਈ ਸੀ ਚਾਹ ਤੋਂ ਚੱਕ ਦਿੰਦੇ ਆ ਜੇ ਖੰਘ ਤੋਂ ਚੱਕਣੀ ਖੰਘ ਤੋਂ ਚੱਕ ਦਿੰਦੇ ਆ ਵੀ ਲੱਗਦਾ ਮਿੱਤਰਾਂ ਨੂੰ ਲੱਗ ਗਈ ਖੰਘ ਤੇ ਟੈਨਸ਼ਨ ਹੋ ਗਈ ਠੀਕ ਹੈ ਉਹ ਏਦਾਂ ਚਾਹ ਦਾ ਏਦਾਂ ਸੀ ਤੇ ਸਾਰੀ ਰਾਤ ਪੌਂਕ ਜਦੋਂ ਉੱਠੀ ਦਾ ਸਵੇਰੇ ਤੇ ਵਾਹਿਗੁਰੂ ਕਹਿ ਕੇ ਪਹਿਲਾਂ ਤੱਕੀ ਦਾ ਚਫੇਰੇ ਜਦੋਂ ਲੱਭ ਪਵੇ ਚਾਹ ਉਦੋਂ ਚੜ ਜਾਂਦਾ ਚਾਹ ਕੱਪ ਅੰਦਰ ਹੋਏ ਗਿਆ ਸਰੀਰ ਸਹੀ ਕੰਮ ਕਰਦਾ ਮੈਂ ਸੱਚੀ ਗੱਲ ਦੱਸਾਂ ਮੈਨੂੰ ਚਾਹ ਦੇ ਨਹੀਂ ਉਹ ਫਰਦਾ ਚਾਹ ਵਧੀਆ ਬਣਾਈ ਹੋਵੇ ਵਿੱਚ ਲੌਂਗ ਇਲਾਚੀ ਪਾਈ ਹੋਵੇ ਮਿੱਠਾ ਪੱਤੀ ਤੇਜ਼ ਹੋਵੇ ਦੁੱਧ ਦਾ ਪਰਹੇਜ਼ ਹੋਵੇ ਚਾਹ ਚੰਗੀ ਤਰ੍ਹਾਂ ਉਬਾਲੀ ਹੋਵੇ ਨਾਲ ਬਿਸਕੁਟਾਂ ਦੀ ਥਾਲੀ ਹੋਵੇ ਥਾਲੀ ਵਿੱਚ ਪਈਆਂ ਹੋਣ ਤਰ੍ਹਾਂ ਤਰ੍ਹਾਂ ਦੀਆਂ ਕੁੱਕੀਆਂ ਅੱਧੀਆਂ ਹੋਣ ਕਰੀਮ ਵਾਲੀਆਂ ਤੇ ਅੱਧੀਆਂ ਹੋਣ ਸੁੱਕੀਆਂ ਲੱਗੇ ਹੋਰ ਵੀ ਸਵਾਦ ਪਾਇਆ ਹੋਏ ਜੇ ਗੁੜ ਘਰਦਾ ਮੈਂ ਸੱਚੀ ਗੱਲ ਦੱਸਾਂ ਬਿਨਾਂ ਚਾਹ ਦੇ ਨਹੀਂ ਜੇ ਸਕਦਾ ਤੇ ਜਦੋਂ ਜਾਈਏ ਕਿਤੇ ਪਰਾਹੁਣੇ ਥੱਲੇ ਵਿਛੇ ਹੋਣ ਵਿਛਾਉਣੇ ਹੋਣ ਕਰਾਰੇ ਜਾਂ ਸਮੋਸੇ ਪਾ ਕੇ ਥਾਲੀ 'ਚ ਪਰੋਸੇ ਨਾਲ ਗਰਮ ਗਰਮ ਛੋਲੇ ਹੋਣ ਲੱਡੂ ਪੋਲੇ ਪੋਲੇ ਹੋਣ ਰਸ ਮਲਾਈ ਹੋਵੇ ਬਰਫੀ ਸਜਾਈ ਹੋਵੇ ਬਹੁਤੇ ਹੋਣ ਜਾਂ ਥੋੜੇ ਹੋਣ ਗਰਮਾ ਗਰਮ ਪਕੌੜੇ ਹੋਣ ਲੱਡੂ ਤੇ ਜਲੇਬੀਆਂ ਵੀ ਲੱਗਣ ਟੇਡੀਆਂ ਟੇਡੀਆਂ ਜੇ ਨਾਲ ਚਾਹ ਨਾ ਬਣਾਈ ਹੋਵੇ ਤੇ ਗੱਲ ਨਾ ਮਕਾਈ ਹੋਵੇ ਸਾਰਾ ਕੁਝ ਖਾ ਕੇ ਵੀ ਮਨ ਨਹੀਂ ਉਹ ਭਰਦਾ ਤੇ ਸੱਚੀ ਗੱਲ ਬਿਨਾਂ ਜਾਂ ਚਾਹ ਤੇ ਨਹੀਂ ਉਹ ਸਰਦਾ ਚੱਲ ਮੈਂ ਸ਼ਾਰਟਕੱਟ 'ਚ ਆਖਰੀ ਸ਼ੇਅਰ ਮਾਰਦਾ ਕੰਮ ਦਾ ਆ ਕਹਿੰਦਾ 3:30 ਲੋਡੇ ਵੇਲੇ ਚੜ ਜਾਂਦਾ ਚਾਹ ਜੀ ਉਸ ਵੇਲੇ ਮਿੱਤਰਾਂ ਨੇ ਪੀਣੀ ਹੁੰਦੀ ਚਾਹ ਜੀ ਚਾਹ ਬਣਦੀ ਕਿੱਦਾਂ ਕਹਿੰਦਾ ਇਹ ਤਾਂ ਯਾਰੋ ਹਰ ਇੱਕ ਘਰ ਦੀ ਕਹਾਣੀ ਆ ਮਾਂਜਿਆ ਪਤੀਲਾ ਵਿੱਚ ਪਾਇਆ ਕੱਪ ਪਾਣੀ ਆ ਮਿੱਠਾ ਪੱਤੀ ਪਾਇਆ ਉਹਨੂੰ ਚੁੱਲ੍ਹੇ ਤੇ ਚੜਾਇਆ ਜਦੋਂ ਰੇਜੇ ਗਈ ਪੈ ਕੱਪ ਦੁੱਧ ਦਾ ਫੇ ਪਾਇਆ ਵਿੱਚ ਪਾਈ ਸੌਂਫ ਤੇ ਜਵੈਣ ਤੇ ਕਹਿੰਦਾ ਤੂੰ ਨਾ ਪੀਵੀ ਭੈਣ ਉਹ ਕਹਿੰਦੀ ਕਿਉਂ ਮੈਂ ਕਿਉਂ ਨਾ ਪੀਵਾਂ ਕਹਿੰਦਾ ਭਾਈ ਸੌਂਫ ਤੇ ਜਵੈਣ ਕਹਿੰਦਾ ਤੂੰ ਨਾ ਪੀਵੀ ਭੈਣ ਇਹ ਚ ਹੋਰ ਵੀ ਆ ਕੁਛ ਪਾਇਆ ਤੈਨੂੰ ਇਸ਼ਾਰੇ ਨਾ ਸਮਝਾਇਆ ਉਹ ਕਹਿੰਦੇ ਕੀ ਕਹਿੰਦਾ ਐਵੇਂ ਆਉਣਗੇ ਤੈਨੂੰ ਚੱਕਰ ਮਾਰ ਬੈਠੇ ਕਿਤੇ ਟੱਕਰ ਪੈਰਾਂ ਹੇਠੋਂ ਧਰਤੀ ਘੁੰਮੂ ਲੱਭਦੀ ਫਿਰੇਂਗੀ ਚਿੰਨੂ ਮੰਨੂ ਇਹ ਮਿੱਤਰਾਂ ਦੀ ਚਾਹ ਤੈਨੂੰ ਦਿੱਤਾ ਸਮਝਾ ਕੱਲੇ ਹੋਠੀ ਨੂੰ ਪੀਣ ਦੇ ਰੱਜ ਰੱਜ ਜਿਉਂਦੇ ਇਹ 18 ਘੰਟੇ ਮੁੰਡਾ ਕੰਮ ਰੋਜ਼ ਕਰਦਾ ਮੈਂ ਸੱਚੀ ਗੱਲ ਦੱਸਾਂ ਮੈਂ ਚਾਹ ਦੇ ਨਹੀਂ ਉਹ ਸਰਦਾ ਫਿਰ ਟਰੱਕਾਂ ਵਾਲੇ ਦੀ ਸਟੋਰੀ ਦੱਸਤੀ ਮਿਹਰਬਾਨੀ ਬਹੁਤ ਦਵਿੰਦਰ ਬਹੁਤ ਮਿਹਰਬਾਨੀ ਟਰੱਕਾਂ ਵਾਲੇ ਦੀ ਸਟੋਰੀ ਮੈਨੂੰ ਲੱਗਦਾ ਦੱਸਤੀ ਆਪ ਹੀ ਦਵਿੰਦਰ ਨੇ ਚਲੋ ਇਹ ਕਾਫੀ ਵੈਸੇ ਰੁਝਾਨ ਹੈਗਾ ਮੈਂ ਦੇਖਿਆ ਆਹ ਜਿਹੜਾ ਪਾਉਣ ਪੂਣ ਵਾਲਾ ਚਾਹ ਦੇ ਵਿੱਚ ਕੰਮ ਮੈਂ ਕਿੱਥੇ ਤਕਰੀਬਨ ਕਈ ਜਗ੍ਹਾ ਜਦੋਂ ਜਾਂਦੇ ਹਾਂ ਤਾਂ ਸੁਲਾਹ ਮਾਰਦੇ ਨੇ ਅਗਲੇ ਭਾਈ ਵੀ ਹਾਂਜੀ ਕੁਛ ਮਾੜਾ ਮੋਟਾ ਪਾਵੇ ਜੀ ਅਸੀਂ ਕਿ ਨਹੀਂ ਅਸੀਂ ਇੱਦਾਂ ਹੀ ਠੀਕ ਹੈ ਇਹ ਕਾਫੀ ਰੁਝਾਨ ਹੈਗਾ ਇੱਧਰ ਕੈਲੀਫੋਰਨੀਆ ਦੇ ਵਿੱਚ ਸ਼ਾਇਦ ਜਿਹੜੇ ਕੀ ਹੈ ਡੋਡੇ ਜਾਂ ਭੰਗ ਸ਼ਾਇਦ ਉਹ ਵੀ ਲੀਗਲ ਹੈਗੀ ਆ ਉਹ ਦੱਸਦੇ ਸੀ ਕਿ ਕੁੱਕੀਆਂ ਵੀ ਆ ਗਈਆਂ ਉਹਦੀਆਂ ਪਰ ਇਹਨਾਂ ਤੋਂ ਬਚਾਅ ਰੱਖਣਾ ਚਾਹੀਦਾ ਗੱਲ ਹੁਣ ਆਪਾਂ ਆ ਕੇ ਫਿਰ ਵਾਇਰਸ 'ਤੇ ਆਈਏ ਵਾਇਰਸ ਦੇ ਨਾਲ ਵਾਇਰਸ ਨੂੰ ਥੋੜ੍ਹੇ ਜਿਹਾ ਪਾਸੇ ਕਰਕੇ ਵਿਲ ਪਾਵਰ ਅਤੇ ਇੱਛਾ ਸ਼ਕਤੀ ਦੀ ਆਪਾਂ ਗੱਲ ਕਰਨੀ ਹੈ ਵੀ ਜੇ ਇੱਛਾ ਸ਼ਕਤੀ ਤੁਹਾਡੇ 'ਚ ਹੈਗੀ ਆ ਨੰਬਰ ਇੱਕ ਨੰਬਰ ਦੋ 'ਤੇ ਗੱਲ ਕਰਨੀ ਹੈ ਵੀ ਜਿਹਨਾਂ ਨੂੰ ਵਹਿਮ ਪੈ ਗਿਆ ਵੀ ਮਾੜੀ ਜਿਹੀ ਖੰਘ ਹੋਈ ਹੈ ਅਤੇ ਮਾੜੀ ਜਿਹੀ ਠੰਡ ਲੱਗੀ ਹੈ ਤਾਂ ਲੈ ਵੀ ਮੇਰਾ ਤਾਂ ਕੰਮ ਹੋ ਗਿਆ ਇਹੋ ਜਿਹੇ ਬਾਹਲੇ ਕਈ ਕੇਸ ਇਹੋ ਜਿਹੇ ਹੋ ਸਕਦੇ ਵੀ ਹੈ ਕੁਛ ਨਹੀਂ ਤਾਂ ਸਵੇਰੇ ਬੰਦਾ ਉੱਠਦਾ ਹੀ ਨਹੀਂ ਹੈਗਾ ਦਿਮਾਗ ਦੇ ਵਿੱਚ ਗੱਲ ਬੈਠ ਗਈ ਡਰ ਬੈਠ ਗਿਆ ਜਿਵੇਂ ਮੈਂ ਉਹ ਗੱਲ ਕੀਤੀ ਹੈ ਵੀ ਟੀਕਾ ਜਿਹੜਾ ਪਾਣੀ ਦਾ ਲਾਇਆ ਸੀ ਲੇਕਿਨ ਉਹ ਬੰਦਾ ਮਰ ਗਿਆ ਉਹਨੂੰ ਕਿਉਂਕਿ ਉਹਦੇ ਦਿਮਾਗ ਦੇ ਵਿੱਚ ਸੀ ਕਿ ਮੇਰੇ ਜ਼ਹਿਰ ਦਾ ਟੀਕਾ ਲੱਗਣਾ ਇਹਨਾਂ ਚੀਜ਼ਾਂ ਤੋਂ ਕਿਵੇਂ ਬਚਿਆ ਜਾ ਸਕਦਾ ਕਿਵੇਂ ਅਵੇਅਰ ਕਰਨਾ ਚਾਹੁੰਦੇ ਹੋ ਤੁਸੀਂ ਸਾਡੇ ਪੰਜਾਬੀਆਂ ਨੂੰ ਪੂਰੀ ਦੁਨੀਆ ਵਿੱਚ ਜਿਹੜੇ ਬੈਠੇ ਨੇ
ਇਹ ਆਪਾਂ ਅੱਜ ਗੱਲਬਾਤ ਕਰਨੀ ਆ, ਬ੍ਰੇਕ ਤੋਂ ਬਾਅਦ ਕਾਲਾਂ ਲਵਾਂਗੇ, ਦੇਖਦੇ ਰਹੋ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਹਾਜ਼ਰ ਹੈ ਜੀ, ਅਤੇ ਫਟਾਫਟ ਕਾਲਾਂ ਵਾਲੇ ਪਾਸੇ ਚੱਲਦੇ ਹਾਂ। ਵਿਸ਼ਾ ਇਹੀ ਆ ਕਿ ਅਸੀਂ ਕਈ ਵਾਰੀ ਊਂ ਹੀ ਮਨ ਮਾਰ ਕੇ ਬੈਠ ਜਾਂਦੇ ਹਾਂ, ਹੁੰਦਾ ਹੁੰਦਾ ਕੁਛ ਨਹੀਂ, ਅਤੇ ਉਹਦਾ ਬਹੁਤ ਵੱਡਾ ਨੁਕਸਾਨ ਕਰਾ ਬੈਠਦੇ। ਕਾਲਾਂ ਲੈਂਦੇ ਤੁਹਾਡੀਆਂ ਜੀ। ਹੈਲੋ, ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਹੋ ਜੀ ਆਪਣਾ ਧੀਰ ਸਾਹਿਬ। ਹੈਲੋ, ਇਹ 647 ਏਰੀਆ ਕੋਡ ਧੀਰ ਸਾਹਿਬ ਦਾ ਹੁੰਦਾ। ਚਲੋ ਦੁਬਾਰਾ ਫਿਰ ਮੈਂ ਤੁਹਾਨੂੰ ਹੋਲਡ ਕਰਨਾ ਜੀ, ਹੋਰ ਕੀ ਕਰ ਸਕਦੇ। ਆ ਲਓ ਜੀ ਅਗਲੀ ਕਾਲ ਲੈ ਲੈਂਦੇ। ਹੈਲੋ, ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ, ਮੈਂ ਗੁਰਦੀਪ ਸਿੰਘ ਸੰਦਰ, ਓਕਲਾਹੋਮਾ ਦੇ ਟਲਸਾ ਸ਼ਹਿਰ ਵਿੱਚੋਂ ਬੋਲਦਾ ਜੱਗੀ ਜੀ। ਜੀ ਸੰਦਰ ਸਾਹਿਬ, ਬਹੁਤ ਬਹੁਤ ਸਵਾਗਤ ਜੀ। ਹਾਂਜੀ, ਕੀ ਵਿਚਾਰ ਨੇ ਜੀ? ਇਹ ਬੜਾ ਅਜੀਬ ਜਿਹਾ ਮਸਲਾ ਖੜਾ ਹੋਇਆ ਚਾਰ ਚੁਫੇਰੇ ਦੁਨੀਆ ਦੇ ਵਿੱਚ। ਮੈਂ ਤਾਂ ਦੂਜੇ ਤੁਹਾਡੇ ਜਿਹੜਾ ਤੁਸੀਂ ਸ਼ੁਰੂ ਕੀਤਾ ਸੀ ਟੌਪਿਕ, ਉਹਦੇ ਬਾਰੇ ਗੱਲ ਕਰਨਾ ਚਾਹੁੰਦਾ। ਕਿਹੜਾ ਜੀ? ਕਿ ਮਨ ਮਾਰ ਲੈਂਦੇ ਅਸੀਂ ਬਿਨਾਂ ਵਜ੍ਹਾ ਹੀ। ਹਾਂ ਹਾਂ, ਉਹਦੇ ਬਾਰੇ ਜੀ, ਇੱਛਾ ਸ਼ਕਤੀ ਵਿਲ ਪਾਵਰ। ਹਾਂਜੀ, ਵਾਈਫ ਨੇ ਹਸਬੰਡ ਦਾ ਇਮਤਿਹਾਨ ਲੈਣ ਲਈ ਪੁੱਛਿਆ, ਅਗਰ ਮੈਂ ਮਰ ਗਈ ਤਾਂ ਮੇਰੇ ਮਗਰੋਂ ਕੀ ਕਰੋਗੇ? ਲੇਡੀਜ਼ ਨੂੰ ਪਤਾ ਹੀ ਹੁੰਦਾ ਉਹ ਕੀ ਕਰੇਗਾ, ਇਹੀ ਕਿ ਹੋਰ ਵਿਆਹ ਕਰਾਉਣ ਬਾਰੇ ਸੋਚੇਗਾ। ਪਰ ਫਿਰ ਵੀ ਸਾਰੇ ਮਰਦ ਜਿੱਦਾਂ ਇੱਕੋ ਜਿਹੇ ਨਹੀਂ ਹੁੰਦੇ, ਤਾਂ ਉਹਨੇ ਸੋਚਿਆ ਕਿ ਚਲੋ ਮੈਂ ਅੱਜ ਆਪਣੇ ਪਤੀ ਦੇਵ ਦਾ ਦਿਲ ਢੋਹ ਹੀ ਲੈਣੀ ਆ। ਤੇ ਉਹਨੇ ਪੁੱਛਿਆ ਵੀ ਤੁਸੀਂ ਮੈਨੂੰ ਕਿੰਨਾ ਪਿਆਰ ਕਰਦੇ ਹੋ? ਹਸਬੰਡ ਨੇ ਕਿਹਾ ਵੀ ਮੈਂ ਤਾਂ ਬਹੁਤ ਪਿਆਰ ਕਰਦਾ। ਕਹਿੰਦੀ ਜੇ ਮੈਂ ਮਰ ਗਈ ਫਿਰ ਮੇਰੇ ਮਗਰੋਂ ਕੀ ਕਰੋਗੇ? ਤਾਂ ਹਸਬੰਡ ਕਹਿਣ ਲੱਗੇ ਮੈਂ ਮੰਦਰ ਜਾਵਾਂਗਾ, ਮਸਜਿਦ ਜਾਵਾਂਗਾ, ਗੁਰਦੁਆਰੇ ਜਾਵਾਂਗਾ, ਸਾਰੇ ਧਰਮਾਂ ਉੱਪਰ ਜਾਵਾਂਗਾ, ਧਰਮ ਰਾਜ ਨਾਲ ਵੀ ਲੜ ਪਾਵਾਂਗਾ, ਮੈਂ ਤੈਨੂੰ ਮਰ ਵੀ ਨਹੀਂ ਦੇਵਾਂਗਾ। ਪਰ ਉਸਦੀ ਵਾਈਫ ਆਖਣ ਲੱਗੀ ਇੰਨਾ ਕੁਝ ਕਰਨ ਤੇ ਵੀ ਜੇ ਸਪੋਜ਼ ਮੈਂ ਮਰ ਗਈ ਫਿਰ ਕੀ ਕਰੋਗੇ? ਤਾਂ ਹਸਬੈਂਡ ਕਹਿਣ ਲੱਗਾ ਮੈਂ ਤਾਂ ਤੇਰਾ ਵਿਛੋੜਾ ਸਹਿ ਹੀ ਨਹੀਂ ਸਕਾਂਗਾ, ਮੈਂ ਤਾਂ ਪਾਗਲ ਹੋ ਜਾਵਾਂਗਾ, ਸ਼ਦਾਈ ਹੋ ਜਾਵਾਂਗਾ। ਇਹ ਸੁਣ ਕੇ ਪਤਨੀ ਨੇ ਸੁੱਖ ਦਾ ਲੰਬਾ ਸਾਹ ਲਿਆ, ਲੰਬਾ ਸਾਹ, ਤੇ ਮਨ ਦੇ ਅੰਦਰ ਹੀ ਅੰਦਰ ਬਹੁਤ ਖੁਸ਼ ਹੋ ਗਈ ਕਿ ਇਹ ਪਾਗਲ ਹੀ ਵਧੀਆ ਰਹੇਗਾ, ਚਲੋ ਘੱਟੋ ਘੱਟ ਦੂਜਾ ਵਿਆਹ ਕਰਨ ਦੀ ਨਹੀਂ ਸੋਚੇਗਾ। ਪਰ ਪਤੀ ਉਸੇ ਸਮੇਂ ਬੋਲ ਪਿਆ, ਲਓ ਜੀ ਪਾਗਲ ਵਿਅਕਤੀ ਦਾ ਕੀ ਭਰੋਸਾ, ਉਹ ਕੁਛ ਵੀ ਕਰ ਸਕਦਾ। ਸੋ ਜਿੱਦਾਂ ਜੱਗੀ ਸਾਹਿਬ ਤੁਸੀਂ ਇਹ ਕਹਾਣੀ ਸੁਣ ਕੇ ਖੁਸ਼ ਜ਼ਰੂਰ ਹੋਏ ਹੋਵੋਗੇ, ਇਸੇ ਤਰ੍ਹਾਂ ਹੀ ਇਨਸਾਨ ਨੂੰ ਟੈਨਸ਼ਨ ਫ੍ਰੀ ਰਹਿਣਾ ਚਾਹੀਦਾ। ਵਾਰੀ ਵਾਰੀ ਜੇ ਮੁਸ਼ਕਲਾਂ ਆਉਂਦੀਆਂ ਵੀ ਉਹਨਾਂ ਨੂੰ ਛੋਟਾ ਛੋਟਾ ਕਰਕੇ ਹੱਲ ਕਰ ਲਓ, ਜੇ ਨਹੀਂ ਵੀ ਹੱਲ ਹੁੰਦੀਆਂ ਤਾਂ ਕੋਈ ਪਹਾੜ ਨੀ ਟੁੱਟ ਗਿਆ, ਵਾਹਿਗੁਰੂ ਉੱਪਰ ਡੋਰੀਆਂ ਛੱਡੋ ਤੇ ਆਪਣਾ ਧਿਆਨ ਕਿਸੇ ਹੋਰ ਪਾਸੇ ਲਗਾ ਲਵੋ। ਟੈਨਸ਼ਨ ਕਦੇ ਨੀ ਰਹਿਣੀ, ਟੈਨਸ਼ਨ ਨਾਲ ਸਿਹਤ ਬਹੁਤ ਜਲਦੀ ਵਿਗੜਦੀ ਆ, ਸਮੇਂ ਤੋਂ ਪਹਿਲਾਂ ਬਜ਼ੁਰਗ ਹੋ ਜਾਓਗੇ, ਆਰਾਮ ਨਾਮ ਸਵਸਥ ਹੋ ਜਾਏਗਾ। ਜੀ ਸੰਦਰ ਸਾਹਿਬ, ਮੈਂ ਜਿਹੜੀ ਗੱਲ ਕਰਦਾ ਕਿ ਟੈਨਸ਼ਨ ਬਿਨਾਂ ਵਜ੍ਹਾ ਜਿਹੜੀ ਇਹ ਵੀ ਗੱਲ ਕੁਛ ਨੀ, ਆਪਾਂ ਜੇ ਵਾਇਰਸ ਦੀ ਗੱਲ ਕਰੀਏ ਤੇ ਊਂ ਹੀ ਮਾੜਾ ਜਿਹਾ ਵਹਿਮ ਪੈ ਗਿਆ ਤੇ ਵਹਿਮ ਲੈ ਡੁੱਬਦਾ, ਵਾਇਰਸ ਹੁੰਦਾ ਨੀ ਹੈ ਬੰਦੇ ਨੂੰ। ਹਾਂਜੀ ਹਾਂਜੀ, ਓਏ ਓਏ, ਇਹ ਵਹਿਮ ਦੇ ਉੱਤੇ ਹੀ ਆ ਬਈ, ਬਾਜੇ ਛੋਟੀਆਂ ਛੋਟੀਆਂ ਗੱਲਾਂ ਤੋਂ ਵਹਿਮ ਕਰ ਲੈਣਾ, ਖਾਮ ਖਾ ਜੇ ਬੱਚੇ ਪੈਦਾ ਵੀ ਨਹੀਂ ਹੋਏ ਹੁੰਦੇ ਤੇ ਕਈ ਕਹਿੰਦੇ ਜੇ ਮੇਰੇ ਬੱਚੇ ਮੈਨੂੰ ਛੱਡ ਕੇ ਚਲੇ ਗਏ ਤੇ ਮੈਂ ਕੀ ਕਰੂੰਗਾ, ਕਿੱਥੇ ਜਾਊਂਗਾ, ਜੇ ਬੱਚੇ ਤਾਂ ਯਾਰ ਪੈਦਾ ਕਰ ਲਓ ਫਿਰ ਸੋਚੋ। ਮਿਹਰਬਾਨੀ, ਇਹਨਾਂ ਹੀ ਹਵਾ ਗਾਉਣੀ, ਖਾਮ ਖਾ ਟੈਨਸ਼ਨ ਲੈ ਜਾਣੀ ਆ ਆਦਤ ਹੈ, ਡਿਲੇ ਚਲਦੀ ਕਰਕੇ। ਹਾਂਜੀ, ਕੀ ਕਹਿਣਾ ਚਾਹੁੰਦੇ ਜੀ? ਆਪਣੇ ਇੱਕ ਪੰਜਾਬੀ ਦੀ ਕਹਾਵਤ ਆ ਕਿ ਜੀਵੇ ਆਸਾ ਮਰੇ ਨਿਰਾਸ਼ਾ। ਵਾਹ ਜੀ ਵਾਹ। ਹਾਂਜੀ, ਕਿਉਂਕਿ ਬੰਦੇ ਦੀ ਜੇ ਤੁਹਾਡੇ ਦੇਖੋ ਜੇ ਖਾਹਿਸ਼ ਹੀ ਮੁੱਕ ਗਈ ਨਾ ਜੀਣ ਦੀ, ਤੇ ਫਿਰ ਉਹਨੇ ਕੀ ਜੀਣਾ? ਬਿਲਕੁਲ ਜੀ ਬਿਲਕੁਲ, ਸਭ ਤੋਂ ਉਹ ਕਹਿੰਦੇ ਵੀ ਸਰੀਰਕ ਮੌਤ, ਪਾਸ਼ ਨੇ ਕਿਹਾ ਸੀ ਸਰੀਰਕ ਮੌਤ ਮੌਤ ਨਹੀਂ ਹੁੰਦੀ, ਅਸਲੀ ਮੌਤ ਆ ਸੁਪਨੇ ਦਾ ਮਰ ਜਾਣਾ। ਹਾਂਜੀ, ਜਦੋਂ ਤੁਹਾਡੀ ਇੱਛਾ ਸ਼ਕਤੀ ਮਰ ਗਈ। ਹਾਂਜੀ ਹਾਂਜੀ, ਪਲੀਜ਼। ਤੇ ਜਿਹੜੀ ਤੁਹਾਡੀ ਵਿਲ ਪਾਵਰ ਆ, ਵਿਲ ਪਾਵਰ ਜਦੋਂ ਤੁਹਾਡੇ ਚ ਇੱਛਾ ਸ਼ਕਤੀ ਨਾ ਰਹੀ ਤਾਂ ਫਿਰ ਕੀ ਰਹੂਗੀ? ਬਿਲਕੁਲ, ਇਹਦੇ ਨਾਲ ਕੀ ਹੁੰਦਾ, ਜਿਹੜੇ ਡਾਕਟਰ ਦੱਸਦੇ ਆ ਸਾਈਕੋਲੋਜਿਸਟ, ਉਹ ਕਹਿੰਦੇ ਆ ਤੁਹਾਡੇ ਮੈਂਟਲ ਬ੍ਰੇਨ ਦੇ ਉੱਤੇ ਇਹ ਜਿਹੜਾ ਤੁਹਾਡਾ, ਜੇ ਤੁਹਾਡੀ ਇੱਛਾ ਸ਼ਕਤੀ ਨਹੀਂ ਹੈਗੀ ਉਹਦਾ ਮਾੜਾ ਅਸਰ ਪੈਂਦਾ, ਜੇ ਇੱਛਾ ਸ਼ਕਤੀ ਹੈ ਬ੍ਰੇਨ ਦੇ ਉੱਤੇ ਚੰਗਾ ਅਸਰ ਪੈਂਦਾ ਜੀ। ਬਿਲਕੁਲ, ਫਿਰ ਉਹਦੇ ਨਾਲ ਫਿਰ ਤੁਹਾਡੇ ਦਿਲ ਦੇ ਵਿੱਚ
ਜੀਵ ਦੀ ਖਾਸ ਪੈਦਾ ਹੁੰਦੀ ਹੈ, ਇਹਦੇ ਨਾਲ ਫਿਰ ਬਲੱਡ ਦੇ ਉੱਤੇ ਨਾ ਬਹੁਤ ਚੰਗਾ ਅਸਰ ਪੈਂਦਾ ਜੇ ਜੀਣ ਦੀ ਇੱਛਾ ਹੋਵੇ। ਹਾਂਜੀ, ਬਲੱਡ ਦਾ ਜਿਹੜਾ ਸਰਕੂਲੇਸ਼ਨ ਆ ਉਹ ਵੱਧਦਾ। ਹੁਣ ਆਪਾਂ ਰਾਤ ਨੂੰ ਦੇਖਦੇ ਹਾਂ, ਰਾਤ ਨੂੰ ਕਈ ਲੋਕਾਂ ਨੂੰ ਦਾਬੇ ਆਉਂਦੇ ਨੇ, ਅੱਗੇ ਬੁੜੀਆਂ ਕਹਿੰਦੀਆਂ ਹੁੰਦੀਆਂ ਸੀ ਕਸਰ ਹੋ ਗਈ, ਫਲਾਨਾ ਹੋ ਗਿਆ, ਇਹ ਨੀ ਹੈਗਾ। ਉਹ ਗੱਲ ਇਹ ਆ ਵੀ ਰਾਤ ਨੂੰ ਜਿਹੜਾ ਨਾ ਤੁਹਾਡਾ ਬਲੱਡ ਸਰਕੂਲੇਸ਼ਨ ਬਹੁਤ ਘੱਟ ਜਾਂਦਾ, ਤੇ ਜੇ ਜ਼ਿਆਦਾ ਘੱਟ ਜਾਵੇ ਫਿਰ ਰਾਤ ਨੂੰ ਬੰਦਾ ਸੁੱਤਾ ਪਿਆ ਵੀ ਰਹਿ ਜਾਂਦਾ। ਜੀ ਜੀ ਜੀ, ਹਾਂਜੀ, ਤੇ ਇਸ ਕਰਕੇ ਇਹ ਜਿਹੜੇ ਵਹਿਮ ਹੁੰਦੇ ਨੇ ਇਹ ਕੋਈ ਇਹੋ ਜਿਹੀ ਕੋਈ ਕਸਰ ਨੀ ਹੁੰਦੀ, ਕੋਈ ਕੁਛ ਨੀ ਹੁੰਦੀ, ਇਹ ਤੁਹਾਡਾ ਬਲੱਡ ਰਾਤ ਨੂੰ ਬੰਦਾ ਸੁੱਤਾ ਪਿਆ ਹੁੰਦਾ, ਆਰਾਮ ਨਾਲ ਬਲੱਡ ਥੋੜਾ ਸਲੋ ਚੱਲਦਾ। ਚਲੋ, ਜਦੋਂ ਤੁਸੀਂ ਹਾਂਜੀ ਜਦੋਂ ਤੁਸੀਂ ਦਿਨੇ ਕੰਮ ਕਰਦੇ ਹੋ ਤੁਹਾਡਾ ਬਲੱਡ ਐਕਟ ਜ਼ਿਆਦਾ ਤੇਜ਼ ਚੱਲਦਾ, ਦੌੜਦੇ ਹੋ ਫਿਰ ਤੇਜ਼ ਚੱਲਦਾ, ਤੇ ਜਿਹੜੀ ਤੁਹਾਡੀ ਇੱਛਾ ਸ਼ਕਤੀ ਆ ਇਹ ਬਹੁਤ ਹੋਣੀ ਚਾਹੀਦੀ ਆ। ਬਾਕੀ ਜਿਹੜਾ ਵਾਇਰਸ ਫੈਲਿਆ ਇਹ ਤਾਂ ਬਹੁਤ ਦੁੱਖ ਦੀ ਗੱਲ ਆ। ਹਾਂਜੀ, ਤੇ ਕੋਈ ਨਾ ਕੋਈ ਇਹਨਾਂ ਦਾ ਇਲਾਜ ਨਿਕਲਿਆ। ਅੱਗੇ ਸਾਰਸ ਆਇਆ ਸੀ 2013 ਦੇ ਵਿੱਚ, ਹਾਂਜੀ ਸਾਰਸ ਆਇਆ ਸੀ, ਉਹਦੇ ਨਾਲ 750 ਮੌਤਾਂ ਹੋ ਗਈਆਂ ਸੀ। ਤੇ ਰੱਬ ਨਾ ਕਰੇ, ਪਰਮਾਤਮਾ ਨਾ ਕਰੇ ਬਿਮਾਰੀ ਇੰਨੀ ਨਾ ਫੈਲੇ, ਤੇ ਕੰਟਰੋਲ ਮੇਰੇ ਗੱਲ ਯਾਦ ਆ ਕਿ ਸਾਡੇ ਕੈਨੇਡਾ ਦੇ ਵਿੱਚ ਨਾ ਹੈਲਥ ਸਿਸਟਮ ਫ੍ਰੀ ਆ ਇੱਥੇ, ਪਰ ਲੋਕੀ ਕੀ ਕਰਦੇ ਨੇ ਜਰਾ ਖੰਘ ਹੋਈ ਜਦੇ ਡਾਕਟਰ ਕੋਲ। ਤੁਸੀਂ ਦੇਖੋ ਸਾਡੇ ਇਹਨਾਂ ਨੇ ਲੋਕਾਂ ਨੇ ਕੈਨੇਡਾ ਦੇ ਹੈਲਥ ਸਿਸਟਮ ਦਾ ਧੂੰਆਂ ਕੱਢਿਆ ਪਿਆ। 75% ਕੈਨੇਡਾ ਦਾ ਜਿਹੜਾ ਟੋਟਲ ਬਜਟ ਆ ਉਹ ਹੈਲਥ ਤੇ ਹੀ ਜਾਂਦਾ। ਬਗੈਰ ਕਿਸੇ ਮਤਲਬ ਦੀ ਡਾਕਟਰ ਦੇ ਜਾ ਕੇ ਬਹਿ ਜਾਣਗੇ ਵੀ ਸਾਨੂੰ ਮੈਨੂੰ ਆਹ ਚੈੱਕ ਕਰ ਜਾਂ ਬਲੱਡ ਪ੍ਰੈਸ਼ਰ। ਚਲੋ ਇੱਥੇ ਵੀ ਇੱਦਾਂ ਹੀ ਹੈ ਜੀ, ਅਮਰੀਕਾ ਵੀ ਇੱਦਾਂ ਹੀ ਹੈ, ਜਿਹਨਾਂ ਦਾ ਮੈਡੀਕਲ ਹੈ, ਜਿਹਨਾਂ ਦੇ ਕੋਈ ਇੰਸ਼ੋਰੈਂਸ ਨਹੀਂ ਜਾਂਦੀ, ਸਿਰਫ ਮੈਡੀਕਲ ਹੈਗੇ, ਤਾਂ ਉਹ ਵੀ ਮਾੜਾ ਜਿਹਾ ਕੁਛ ਹੋਇਆ ਨਹੀਂ ਤਾਂ ਚਲੋ ਕੋਈ ਨਹੀਂ ਡਾਕਟਰ ਦੇ, ਚਲੋ ਦਵਾਈਆਂ ਖਾ ਲੈਣੀਆਂ ਫ੍ਰੀ। ਚਲੋ ਮਿਹਰਬਾਨੀ ਜੀ, ਬਹੁਤ ਧੀਰ ਸਾਹਿਬ, ਓਕੇ, ਥੈਂਕ ਯੂ ਜੀ, ਥੈਂਕ ਯੂ ਸਰ ਤੁਹਾਡਾ। ਹੈਲੋ ਹੈਲੋ ਹੈਲੋ, ਸਤਿ ਸ੍ਰੀ ਅਕਾਲ ਜਗੀਰ ਸਾਹਿਬ ਜੀ। ਸਤਿ ਸ੍ਰੀ ਅਕਾਲ ਜੀ, ਹਾਂਜੀ, ਆਪਣਾ ਮਨਜੀਤ ਸਿੰਘ ਜੀ। ਮੈਂ ਤਾਂ ਆਪ ਅੱਜ ਹੁਣੇ ਕੰਮ ਤੋਂ ਆਇਆ, ਮੇਰਾ ਸ਼ਾਮ ਵਾਲਾ ਬੰਦਾ ਮਹੀਨਾ ਕੁ ਹੋਇਆ ਰੱਖੀ ਕੰਮ ਤੇ, 10-12 ਵਜੇ ਛੁੱਟੀਆਂ ਮਾਰ ਗਿਆ ਤੇ ਅੱਜ 4 ਵਜੇ ਕੰਮ ਤੇ ਆਇਆ ਤੇ 5 ਵਜੇ ਮੈਨੂੰ ਫੋਨ ਆ ਗਿਆ, ਕਹਿੰਦਾ ਨਾ ਜੀ ਮੈਂ ਛੁੱਟੀ ਰਹਿਣੀ ਆ ਤੇ ਮੇਰਾ ਘਰ ਜਾਣਾ। ਅੱਛਾ, ਮੈਂ ਕਿਹਾ ਕੀ ਗੱਲ ਹੋਈ? ਕਹਿੰਦਾ ਮੈਨੂੰ ਲੱਗਦਾ ਮੈਨੂੰ ਕੋਰੋਨਾ ਫਲੂ ਹੋ ਗਿਆ। ਓਏ ਹੋਏ ਹੋਏ, ਅੱਛਾ ਅੱਛਾ। ਮੈਂ ਜਦੋਂ ਗਿਆ ਮੈਂ ਕਿਹਾ ਚੱਲ, ਮੈਂ ਕਿਹਾ ਕੀ ਪਤਾ ਹੈ ਵੀ ਉਹੀ ਗੱਲ ਹੈ, ਬਾਹਰ ਖੜਾ ਹੈ ਚਿੱਕਰਾਂ ਮਾਰੀ ਜਾ ਕੇ। ਕਹਿੰਦਾ ਮੈਂ ਇੰਟਰਨੈਟ ਤੇ ਸਰਚ ਕਰ ਰਿਹਾ ਜੇ ਕੋਰੋਨਾ ਫਲੂ ਦੇ ਉਹੀ ਮਸਾਇਲ ਮਿਲਣ ਲੱਗਦੇ ਆ। ਤੇ ਮੈਂ ਕਿਹਾ ਭਰਾਵਾ ਤੂੰ ਹੋਸਪਿਟਲ ਪਹਿਲਾਂ ਜਾ, ਇਹ ਟੈਸਟ ਕਰਾਉਣੇ ਜ਼ਰੂਰੀ ਨੇ, ਦਿਮਾਗ ਦੇ ਵਿੱਚ ਇਹ ਗੱਲ ਬਿਠਾਉਣੀ ਮੈਨੂੰ ਹੁਣ ਤਾਂ ਕੋਰੋਨਾ ਫਲੂ ਹੋ ਹੀ ਗਿਆ ਤੇ ਮੇਰਾ ਮੈਂ ਬਚਣਾ ਨਹੀਂ, ਉਹ ਗਲਤ ਹੈ। ਕਹਿੰਦਾ ਮੈਂ ਬੱਸ ਸੀ ਜਿਹਦੇ 'ਚ ਬੈਠਾ ਸੀ, ਚਾਈਨੀਜ਼ ਬੈਠੇ ਸੀ, ਤਾਂ ਪਤਾ ਨਹੀਂ ਉਹਨੇ ਛਿੱਕਾਂ ਮਾਰੀਆਂ ਮੈਨੂੰ, ਉਹ ਤੋਂ ਕੁਛ ਹੋ ਗਿਆ। ਨਹੀਂ ਕਦੇ ਛਿੱਕਾਂ ਮਾਰੀ ਨਹੀਂ, ਪਰ ਦਿਮਾਗ 'ਚ ਬੈਠ ਗਿਆ ਵੀ ਮੈਨੂੰ ਕੋਰੋਨਾ ਹੋ ਗਿਆ, ਤੇ ਫਿਰ ਉਹਦਾ ਕੋਈ ਹੱਲ ਨਹੀਂ ਹੈਗਾ, ਦਿਮਾਗ 'ਚ ਨਹੀਂ ਕਿਸੇ ਦੇ ਬਹਿਣਾ ਚਾਹੀਦਾ। ਬੜੀ ਮਿਹਰਬਾਨੀ ਤੁਹਾਡੀ ਕਾਲ ਕਰਨ ਵਾਸਤੇ, ਤੁਹਾਡਾ ਬਹੁਤ ਧੰਨਵਾਦ। ਸੋ ਮੁੱਕਦੀ ਗੱਲ ਇਹ ਹੈ ਜੀ, ਜਦੋਂ ਸਾਡੇ ਦਿਮਾਗ ਦੇ ਵਿੱਚ ਕੋਈ ਗੱਲ ਘਰ ਕਰ ਗਈ ਤਾਂ ਉਹਨੂੰ ਕੱਢਣਾ ਬਹੁਤ ਔਖਾ ਹੁੰਦਾ, ਅਤੇ ਅਸੀਂ ਦਿਮਾਗ ਦੇ ਵਿੱਚ ਘਰ ਕਰਨ ਤੋਂ ਗੱਲ ਜਿਹੜੀ ਹੈ ਉਹ ਹਟਾਈਏ। ਇੱਛਾ ਸ਼ਕਤੀ ਜਿਹੜੀ ਹੈ, ਇੱਛਾ ਸ਼ਕਤੀ ਦੇ ਅੱਗੇ ਮੈਂ ਬਹੁਤ ਸਾਰੀਆਂ ਕਹਾਣੀਆਂ ਪੜ੍ਹੀਆਂ, ਇੱਛਾ ਸ਼ਕਤੀ ਦੇ ਅੱਗੇ ਜੀਣ ਦੀ ਇੱਛਾ ਦੀ ਜੇ ਗੱਲ ਕਰੀਏ, ਜੀਣ ਦੀ ਇੱਛਾ ਜਦੋਂ ਰੱਖਦੇ ਅਸੀਂ ਉਦੋਂ ਬਾਅਦ ਬਹੁਤ ਸਾਰੇ ਬਦਲਾਓ ਆ ਜਾਂਦੇ ਆਟੋਮੈਟਿਕਲੀ। ਫਿਰ ਅਸੀਂ ਇਹ ਜੇ ਨਾਲ ਦੀ ਨਾਲ ਇਹ ਸੋਚਣ ਲੱਗ, ਮੈਨੂੰ ਤਾਂ ਹੁਣ ਕੋਰੋਨਾ ਇਹ ਹੋ ਗਿਆ ਵਾਇਰਸ, ਹੁਣ ਤਾਂ ਮੈਂ ਬਚਦਾ ਨਹੀਂ, ਚਲੋ ਮੇਰੀ ਲਿਖੀ ਹੋਈ ਇੰਨੀ ਹੋਣੀ ਹੈ, ਤਾਂ ਉਹ ਵਾਕਿਆ ਲਿਖੀ ਹੋ ਅੱਧੀ ਬਜਦੀ ਉੱਥੇ ਹੀ ਆ ਜਾਂਦੀ ਫਿਰ। ਪਰ ਇੱਛਾ ਸ਼ਕਤੀ ਦੇ ਨਾਲ ਬਹੁਤ ਬਹੁਤ ਵੱਡੀਆਂ ਵੱਡੀਆਂ ਬਿਮਾਰੀਆਂ ਦੇ ਨਾਲ ਲੜਿਆ ਜਾ ਸਕਦਾ, ਵੱਡੇ ਵੱਡੇ ਹਾਲਾਤਾਂ ਦੇ ਨਾਲ ਮੇਰੇ ਖਿਆਲ ਨਾਲ ਲੜਿਆ ਜਾ ਸਕਦਾ। ਬਾਕੀ ਤੁਸੀਂ ਮੈਨੂੰ ਸਿਆਣੇ ਹੋ, ਬ੍ਰੇਕ ਤੋਂ ਬਾਅਦ ਫਿਰ ਕਾਲਾਂ ਲਵਾਂਗੇ, ਦੇਖਦੇ ਰਹੋ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਹਾਜ਼ਰ ਹਾਂ ਜੀ, ਅਤੇ ਫਟਾਫਟ ਕਾਲਾਂ ਵਾਲੇ ਪਾਸੇ ਚੱਲਦੇ ਹਾਂ, ਜਾਣਦੇ ਤੁਹਾਡੇ ਵਿਚਾਰ, ਕੀ ਸਲਾਹ ਕੋਈ ਦੇਣੀ ਚਾਹੁੰਦੇ ਹੋ ਆਪਣੇ ਸਾਡੇ ਪੰਜਾਬੀਆਂ ਨੂੰ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਸਾਗਿਆਨ ਸਿੰਘ ਜੀ, ਬਹੁਤ ਬਹੁਤ ਸਵਾਗਤ ਜੀ। ਹਾਂਜੀ ਹਾਂਜੀ, ਮੈਂ ਤਾਂ ਇਹ ਕਹੂੰਗਾ ਜਿਵੇਂ ਆਪਾਂ ਕਹਿੰਦੇ ਇੱਛਾ ਸ਼ਕਤੀ ਹੋਣੀ ਚਾਹੀਦੀ ਆ, ਵਿਲ ਪਾਵਰ ਹੋਣੀ ਚਾਹੀਦੀ ਆ, ਮੈਂ ਜੋ ਤੱਤ ਕੱਢਿਆ ਬਈ ਜਿਸ ਨੂੰ ਇਹ ਭਰੋਸਾ ਹੋ ਗਿਆ ਵੀ ਜੋ ਪ੍ਰਮਾਤਮਾ ਨੇ ਕਰਨਾ ਹੋਣਾ ਉਹੀ ਆ, ਮੇਰੀ ਇੱਛਾ ਸ਼ਕਤੀ ਮੇਰੀ ਵਿਲ ਪਾਵਰ ਕੁਛ ਨਹੀਂ ਕਰਨੀ, ਤੇ ਉਹਦੇ ਦੀ ਵਿਲ ਪਾਵਰ ਆਪਣੇ ਆਪ ਹੀ ਆ ਜਾਂਦੀ ਆ।
ਹਾਂ ਵੀ ਵਿਲ ਪਾਵਰ ਵੀ ਉਹਨੇ ਦੇਣੀ ਹੈ। ਸੋ ਇਹ ਚੀਜ਼ ਜਿਹੜੀ ਹੈਗੀ ਉਹਨੇ ਨਾ, ਵੀ ਦੇਣੀ। ਜਿਹੜੇ ਬੰਦੇ ਧਰਮ ਨਾਲ ਜੁੜੇ ਹੋਏ ਨੇ, ਆਪਦੇ ਧਰਮ ਦੇ ਨੇੜੇ ਨੇ, ਤੇ ਉਹਦਾ ਦੇ ਉਹ ਤਾਂ ਹੈਗੇ ਨੇ ਸੁਖੀ ਇਸ ਪੱਖੋਂ। ਜੇ ਹਾਂਜੀ ਬਾਕੀ ਜਿਹੜੇ ਧਰਮਾਂ ਤੋਂ ਦੂਰ ਨੇ ਆਪਣੇ ਆਪਣਿਆਂ ਤੋਂ, ਉਹਨਾਂ ਨੂੰ ਜ਼ਰੂਰ ਇਹ ਬਹੁਤ ਛੇਤੀ ਦਿਮਾਗ 'ਚ ਗੱਲ ਬਹਿ ਜਾਂਦੀ ਹੈ, ਬਹੁਤ ਛੇਤੀ ਮਨ ਮਾਰ ਦਿੰਦੇ, ਮਨ ਛੱਡ ਦਿੰਦੇ, ਲੈ ਵੀ ਗੱਲ ਤਾਂ ਹੁਣ ਖਤਮ ਹੋ ਗਈ ਹੈ। ਹੁਣ ਦੇਖਣਾ ਜੇ ਕੀ ਆਪਾਂ ਕੋਈ ਕੰਮ ਹੋਵੇ ਕਿ ਕਾਮਯਾਬ ਹੋ ਗਏ, ਮੈਂ ਕੀਤਾ, ਮੈਂ ਤਰੱਕੀ ਕੀਤੀ, ਮੇਰੀ ਨੌਲੇਜ ਸੀ, ਮੇਰਾ ਦਿਮਾਗ ਸੀ, ਮੈਂ ਆਹ ਕੁਛ ਕਰ ਲਿਆ, ਆਹ ਬਣਾ ਲਿਆ, ਅਸੀਂ ਆਪਣੀਆਂ ਗੱਲਾਂ ਚੰਗੀਆਂ ਆਪਣੇ ਤੇ ਟਿਕਾ ਲੈਨੇ ਆ ਹੈ, ਤੇ ਜਦ ਕਿ ਇਹਦੇ ਪਿੱਛੇ ਹੱਥ ਪਰਮਾਤਮਾ ਦਾ ਹੀ ਆ। ਜਿਸ ਇਨਸਾਨ ਤੇ ਜਿਹਨੂੰ ਵਿਸ਼ਵਾਸ ਹੋ ਗਿਆ ਵੀ ਮੈਂ ਕੁਛ ਵੀ ਨਹੀਂ ਗਾ, ਜੋ ਕੁਛ ਹੈ ਪਰਮਾਤਮਾ ਦਾ ਭਾਣਾ ਆ, ਚੰਗਾ ਮਾੜਾ ਵਧੀਆ ਘਟੀਆ, ਤੇ ਉਸ ਇਨਸਾਨ ਚ ਸਾਰੀਆਂ ਸ਼ਕਤੀਆਂ ਹੈਗੀਆਂ ਹੈਗੀਆਂ, ਨੇੜੇ ਗੱਲ ਮੁੱਕਦੀ। ਇਹ ਗੱਲ ਇਹ ਔਖੀ ਆ, ਇਹ ਜੇ ਜੱਗੀ ਆਪਾਂ ਨਹੀਂ ਗਏ ਇੰਨੀ ਜਲਦੀ ਕਰ ਸਕਦੇ, ਕਿਤੇ ਹਜ਼ਾਰਾਂ ਚੋਂ ਬੰਦਾ ਜਾ ਕਹਿ ਲਓ ਹਨਾ, ਹੋ ਸਕਦੇ ਜਿਹੜੇ ਕੋਈ ਮਹਾਂਪੁਰਸ਼ ਪਹੁੰਚੇ ਆ। ਜੋ ਮੈਂ ਐਕਸਪੀਰੀਅੰਸ ਕੀਤਾ ਹੈਗਾ ਉਹ ਇਹੀ ਆ ਕਿ ਅਸੀਂ ਆਪਣੀ ਵਡਿਆਈ, ਆਪਣੀ ਤਾਕਤ, ਆਪਣੀ ਅਕਲ ਨੂੰ ਬਹੁਤ ਵੱਡਿਆਂ ਕਰਦੇ ਹਾਂ ਹਨਾ, ਦੱਸਦੇ ਹਾਂ ਠੀਕ ਹੈ, ਤੇ ਜਿੱਦਣ ਸਾਡੇ ਚੋਂ ਇਹ ਨਿਕਲ ਕੇ ਆਪਾਂ ਪਰਮਾਤਮਾ ਤੇ ਸਿੱਟ ਦੇਣੀ, ਤੁਹਾਨੂੰ ਕੋਈ ਡਰ ਡੁੱਕਰ ਰਹਿਣਾ ਹੀ ਨੀਗਾ। ਗੱਲ ਮੁੱਕ ਗਈ। ਬਹੁਤ ਮਿਹਰਬਾਨੀ ਸਰ, ਬਹੁਤ ਮਿਹਰਬਾਨੀ। ਹੈਲੋ ਹੈਲੋ ਹੈਲੋ, ਟੀਵੀ ਦੀ ਆਵਾਜ਼ ਘੱਟ ਕਰਕੇ ਕਰੋ ਜੀ ਗੱਲ। ਚੌਹਾਨ ਬਾਬਾ ਨਾਮ ਆ ਰਿਹਾ, 530 ਏਰੀਆ ਕੋਡ। ਹੈਲੋ, ਨਹੀਂ ਕੱਟ ਗਿਆ ਜੀ ਫੋਨ ਗੁੱਸਾ ਕਰਕੇ ਮੈਨੂੰ ਲੱਗਦਾ। ਹੈਲੋ ਹੈਲੋ ਜੀ, ਹਾਂਜੀ ਹਾਂਜੀ, ਸੁਰਿੰਦਰ ਸਿੰਘ ਜੀ, ਕੀ ਹਾਲ ਚਾਲ ਆ ਜੀ? ਬਹੁਤ ਵਧੀਆ ਜੀ, ਇਹ ਸਵਾਸਾਂ ਦੀ ਪੂੰਜੀ ਆ ਮਹਾਰਾਜ, ਬਹਾਨੇ ਬਣਦੇ ਆ ਤੇ ਚਾਹੇ ਨਾ ਤਿਲ ਵਧੇ ਨਾ ਰਾਈ ਘਟੇ। ਮਹਾਰਾਜ ਕਹਿੰਦੇ ਦੁਨੀਆਂ ਦਾ ਬਣਨਾ ਚਾਹੁੰਦਾ ਸੀ, ਜਹਾਨ ਦਾ ਜੇਤੂ ਸਿਕੰਦਰ ਬਾਦਸ਼ਾਹ 32 ਸਾਲ ਦੀ ਉਮਰ ਚ ਮੁੜਿਆ ਆਉਂਦਾ ਹਿੰਦੁਸਤਾਨ ਨੂੰ ਜਿੱਤ ਕੇ, ਕੁਸ਼ਰਾਜ ਕੋਲ ਜੀ ਅਫਗਾਨਿਸਤਾਨ ਦੇ ਵਿੱਚ ਆ ਕੇ ਬਿਮਾਰੀ ਜੀ ਆਈ ਤੇ ਜੂਮੀਏ ਨੂੰ ਕਹਿੰਦਾ ਬਚਾਓ, ਅੱਧਾ ਰਾਜ ਲੈ ਲਓ ਸਾਰਾ। ਉਹ ਕਹਿੰਦੇ ਬਾਦਸ਼ਾਹ ਭਾਵੇਂ ਸਾਰੀ ਦੁਨੀਆਂ ਦੇ ਹੋਣ ਨੀ ਤੇ ਬਚਣਾ, ਤੋ ਇੰਨੀ ਇੱਛਾ ਸ਼ਕਤੀ ਸੀ। ਉਹ ਕਹਿੰਦਾ ਸੀ ਮੈਂ ਦੁਨੀਆਂ ਦਾ ਜੇਤੂ ਜਰਨੈਲ ਬਣਨਾ, ਮੈਂ ਸਾਰੀ ਦੁਨੀਆਂ ਜਿੱਤਣੀ ਆ, ਇੰਨੀ ਇੱਛਾ ਸ਼ਕਤੀ ਸੀ ਉਹਦੇ ਵਿੱਚ ਜੀਉਣ ਦੀ, ਔਰ ਬੜਾ ਕੋਸ਼ ਸੀ, ਬੜਾ ਤਕੜਾ ਜਰਨੈਲ ਸੀ, ਪਰ ਮੌਤ ਨੇ ਨਹੀਂ ਛੱਡਿਆ। ਇਹ ਜਦੋਂ ਸਵਾਸਾਂ ਦੀ ਪੂੰਜੀ ਜਾਂਦੀ ਜੀ ਪੂਰੀ ਹੋ ਜਾਂਦੀ ਹੈ ਨਾ, ਤੇ ਫਿਰ ਚਲੇ ਜਾਂਦੀ ਆ। ਇਹ ਵੈਸੇ ਸੁਰਿੰਦਰ ਸਿੰਘ ਜੀ ਗੱਲ ਜਿਹੜੀ ਇਹੋ ਜਿਹੀ ਖਾਸ ਤੌਰ ਤੇ ਹੁੰਦੀ ਆ, ਜਿਹੋ ਜਿਹਾ ਵਾਇਰਸ ਆ ਗਿਆ ਜਾਂ ਸੁਨਾਮੀ ਆ ਗਈ, ਇਹੋ ਜਿਹੀ ਕੁਦਰਤੀ ਆਫਤ ਜਿਹਨੂੰ ਅਸੀਂ ਕਹਿੰਦੇ ਹਾਂ, ਇਹ ਦੇਖੋ ਹੁਣ ਬੰਦੇ ਵਿਚਾਰੇ ਦਾ ਕਸੂਰ ਥੋੜੀ ਹੁੰਦਾ, ਜਿੱਤੇ ਉਹ ਆ ਗਈ ਤੇ ਉਹਨੇ ਨਹੀਂ ਰਹਿਣਾ ਦੁਨੀਆਂ ਤੇ, ਕੁਛ ਨਹੀਂ ਕਰ ਸਕਦੇ। ਦੇਖੋ ਬਹਾਨਾ ਬਣਨਾ ਜੱਗੀ ਜੀ ਪੂੰਜੀ ਸਵਾਸਾਂ ਦੀ ਆ, ਨਾ ਤਿਲ ਕੱਢਣੀ ਨਾ ਵੱਧ ਕੱਢਣੀ ਆ ਨਾ ਵਧਣੀ ਆ, ਕੋਈ ਬਹਾਨਾ ਕੋਈ ਨਾ ਕੋਈ ਬਣ ਜਾਣਾ। ਇੱਕ ਨਾ ਬਾਪੂ ਪਾਰਸ ਨੇ ਇੱਕ ਮੈਂ ਪਹਿਰਾ ਸੁਣਾਉਣਾ ਉਹਦਾ, ਇੱਕੋ ਹੀ ਸੁਣਾ ਪਿਆ। ਹਾਂਜੀ, ਰਲ ਸੰਗ ਕਾਫਲੇ ਦੇ ਛੇਤੀ ਮਨ ਵਿਸਰਾ ਕਾਫਰ, ਕਈ ਪਹਿਲੀ ਡਾਕ ਚੜੇ ਬਾਕੀ ਟਿਕਟਾਂ ਲੈਣ ਮੁਸਾਫਰ, ਹੈ ਸਿੰਘ ਨਾਲ ਹੋਇਆ ਵਾ ਗਾਰਡ ਬਿਸਲਾ ਪਿਆ ਬਜਾਵੇ, ਜਗ ਜਗਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ, ਜੱਗੀ ਜੀ ਜਗ ਜਗਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ। ਕਾਨੂੰ ਨੇ ਸਾਂਭ ਲਿਆ ਤੁਰ ਗਈ ਧੀ ਝਾੜ ਕੇ ਪੱਲੇ, ਤੇਰੇ ਜਨਮ ਲਿਆ ਬਾਬਾ ਸਿੰਘ ਦੇ ਵੱਲ ਚੱਲੇ, ਕੈਸੀਆਂ ਗੱਲਾਂ ਨੇ, ਕੈਸੀਆਂ ਗੱਲਾਂ ਨੇ। ਸੋਰੀ ਮੈਂ ਬ੍ਰੇਕ ਦਾ ਸਮਾਂ ਹੋ ਗਿਆ, ਕਾਲ ਮੈਂ ਕੱਟਣੀ ਪੈਣੀ ਤੁਹਾਨੂੰ। ਵਾਕਿਆ ਹੀ ਇਹ ਜਿਹੜੀਆਂ ਗੱਲਾਂ ਪਤਾ ਹੈਗੀਆਂ ਨੇ, ਹਾਲਾਂਕਿ ਜਿਹੜੇ ਇੱਥੇ ਸਿਆਣੇ ਆਪਣੇ ਹੈਗੇ ਨੇ, ਚਾਹੇ ਉਹ ਬੁੱਧੀਜੀਵੀ ਨੇ ਚਾਹੇ ਕਵਿਸ਼ਰ ਨੇ, ਜਿਹੜੀਆਂ ਗੱਲਾਂ ਉਹ ਕਹਿੰਦੇ ਨੇ, ਅਗਰ ਉਹਨਾਂ ਨੂੰ ਵੀ ਆਪਾਂ ਫੋਲੋ ਕਰ ਲਈਏ ਤਾਂ ਵੀ ਅਸੀਂ ਕਾਫੀ ਸੁਖੀ ਰਹਿ ਸਕਦੇ ਹਾਂ। ਅਤੇ ਮੁੱਖ ਦੀ ਗੱਲ ਤਾਂ ਇਹੀ ਹੈ ਵੀ ਵੱਡੇ ਤੋਂ ਵੱਡੀ ਬਿਮਾਰੀ ਵੀ ਆ ਸਕਦੀ ਹੈ, ਵੱਡੇ ਤੋਂ ਵੱਡੀ ਸਮੱਸਿਆ ਵੀ ਆ ਸਕਦੀ ਹੈ, ਵੱਡੇ ਤੋਂ ਵੱਡਾ ਝਮੇਲਾ ਵੀ ਆ ਸਕਦਾ। ਸੋ ਮੁੱਖ ਦੀ ਗੱਲ ਤਾਂ ਇਹੀ ਹੈ ਵੀ ਧਿਆਨ ਰੱਖ ਕੇ ਉਹਦੇ ਵੱਲ ਵੀ ਧਿਆਨ ਰੱਖੀਏ ਤਾਂ ਮੇਰੇ ਖਿਆਲ ਕਾਫੀ ਸੁਖੀ ਰਹਿ ਸਕਦੇ ਹਾਂ। ਬ੍ਰੇਕ ਲੈਂਦੇ ਹਾਂ, ਫਿਰ ਹਾਜ਼ਰ ਹੁੰਦੇ ਦੇਖ ਰਹੇ ਰੱਖਣੇ। ਬ੍ਰੇਕ ਤੋਂ ਬਾਅਦ ਫਿਰ ਪ੍ਰੋਗਰਾਮ ਦਾ ਸਮਾਂ ਤਕਰੀਬਨ ਖਤਮ ਹੁੰਦਾ, ਤੁਹਾਨੂੰ ਇਹ ਪਤਾ ਹੀ ਹੈ, ਪਰ ਫਿਰ ਵੀ ਆਪਾਂ ਮੁੱਖ ਦੀ ਗੱਲ ਇਹ ਕਰਕੇ ਜਾਈਏ। ਜਿਵੇਂ ਤੁਸੀਂ ਗੱਲਬਾਤ ਕੀਤੀ ਹੈ ਸਾਰਿਆਂ ਨੇ, ਔਖੇ ਤੋਂ ਔਖਾ ਸਮਾਂ ਵੀ ਆਉਂਦਾ, ਪਰ ਜਦੋਂ ਅਸੀਂ ਹੌਸਲਾ ਪਹਿਲਾਂ ਛੱਡ ਦਿੰਦੇ ਹਾਂ ਸਮੇਂ ਤੋਂ, ਉਦੋਂ ਕੰਮ ਖਰਾਬ ਹੁੰਦਾ। ਹੌਸਲਾ ਨਹੀਂ ਛੱਡਣਾ ਚਾਹੀਦਾ, ਰੱਬ 'ਤੇ ਵਿਸ਼ਵਾਸ ਅਗਰ ਰੱਖਦੇ। ਮੈਂ ਇੱਕ ਛੋਟੀ ਜਿਹੀ ਗੱਲ ਕਰਦਾ, ਹਮੇਸ਼ਾ ਕਰਦਾ ਹੁੰਦਾ, ਔਰ ਮੇਰੇ 'ਤੇ ਬਹੁਤ ਵੱਡੀ ਜਦੋਂ ਮੁਸੀਬਤ ਆਈ ਸੀ ਤਾਂ ਮੈਨੂੰ ਇਸੇ ਗੱਲ ਨੇ ਬਹੁਤ ਵੱਡਾ ਹੌਸਲਾ ਦਿੱਤਾ ਸੀਗਾ। ਅਤੇ ਹੁਣ ਵੀ ਜਿਨ੍ਹਾਂ 'ਤੇ ਮੁਸੀਬਤ ਆਈ ਹੈ, ਵਾਇਰਸ ਦੀ ਗੱਲ ਕਰੀਏ ਚਾਹੇ ਹੋਰ ਕਿਸ ਤਰ੍ਹਾਂ ਦੀ, ਤਾਂ ਉਹਨਾਂ ਵਾਸਤੇ ਵੀ ਇਹ ਗੱਲ ਬੜੀ ਲਾਹੇਵੰਦ ਸਾਬਤ ਹੋਊਗੀ।
ਇੱਕ 6 ਸਾਲ ਦੀ ਬੱਚੀ ਆਪਣੇ ਪਿਤਾ ਦੇ ਨਾਲ ਤੁਰੀ ਜਾਂਦੀ ਸੀ ਕੋਈ ਪੁਲ ਪਾਰ ਕਰਨ ਲੱਗੇ ਕੋਈ ਨਦੀ ਦਾ, ਤਾਂ ਤੂਫਾਨ ਆ ਗਿਆ ਬਹੁਤ ਜ਼ਿਆਦਾ ਤੂਫਾਨ ਆ ਗਿਆ। ਤਾਂ ਪਿਤਾ ਆਪਣੀ 6 ਸਾਲ ਦੀ ਬੱਚੀ ਨੂੰ ਕਹਿੰਦਾ ਵੀ ਪੁੱਤਰ ਤੂੰ ਮੇਰੀ ਉਂਗਲ ਫੜਦਾ, ਤੂਫਾਨ ਬਹੁਤ ਹੈ, ਕਿਤੇ ਕੁਛ ਇੱਧਰ ਉੱਧਰ 19-21 ਨਾ ਹੋ ਜਾਵੇ। ਉਸ 6 ਸਾਲ ਦੀ ਬੱਚੀ ਨੇ ਜਿਹੜਾ ਆਪਣੇ ਪਿਓ ਨੂੰ ਜਵਾਬ ਦਿੱਤਾ, ਅਗਰ ਅਸੀਂ ਉਹ ਪੱਲੇ ਬੰਨ ਲਈਏ ਤਾਂ ਸ਼ਾਇਦ ਅਸੀਂ ਕਦੇ ਦੁਖੀ ਨਾ ਹੋਈਏ। 6 ਸਾਲ ਦੀ ਬੱਚੀ ਕਹਿੰਦੀ ਵੀ ਡੈਡੀ ਪਾਪਾ ਜਾਂ ਪਿਤਾ ਜੀ, ਜੇ ਮੈਂ ਤੁਹਾਡੀ ਉਂਗਲ ਫੜੀ, ਮੈਂ ਛੋਟੀ ਹਾਂ, ਮੇਰੇ ਕੋਲੋਂ ਤੁਹਾਡੀ ਉਂਗਲ ਛੁੱਟ ਸਕਦੀ ਹੈ, ਤੁਸੀਂ ਮੇਰੀ ਬਾਂਹ ਫੜੋ। ਅਤੇ ਮੈਨੂੰ ਵਿਸ਼ਵਾਸ ਆ ਵੀ ਦੁਨੀਆਂ ਦੇ ਜਿੱਡੇ ਮਰਜ਼ੀ ਤੂਫਾਨ ਆਈ ਜਾਣ, ਜਿੰਨੀਆਂ ਮਰਜ਼ੀ ਹਨੇਰੀਆਂ ਆਈ ਜਾਣ, ਮੈਂ ਸੇਫ ਹਾਂ, ਤੁਸੀਂ ਮੇਰੀ ਬਾਂਹ ਨਹੀਂ ਛੱਡੋਗੇ। ਸੋ ਆਪਾਂ ਵੀ ਇੱਕ ਵਾਰੀ ਬਾਂਹ ਜੇ ਸੱਚੇ ਦਿਲੋਂ ਫੜਾ ਦਈਏ ਪਰਮਾਤਮਾ ਨੂੰ, ਤਾਂ ਉਹ ਫਿਰ ਬਾਂਹ ਫੜ ਕੇ ਸਾਰੇ ਔਖੇ ਸੌਖੇ ਚੰਗੇ ਮਾੜੇ ਸਮੇਂ ਦੇ ਵਿੱਚੋਂ ਉਹ ਕੱਢਦਾ ਹੈ। ਸੋ ਉਮੀਦ ਕਰਦਾ ਜੀ ਅੱਜ ਦਾ ਪ੍ਰੋਗਰਾਮ ਵੀ ਤੁਹਾਨੂੰ ਵਧੀਆ ਲੱਗਿਆ ਹੋਵੇਗਾ। ਈਮੇਲ ਕਰ ਸਕਦੇ ਹੋ jaggi@jasbroadcasting.com ਜਾਂ ਫਿਰ info@jasbroadcasting.com। ਇਸ ਤੋਂ ਇਲਾਵਾ ਫੇਸਬੁੱਕ, ਟਵਿੱਟਰ ਹੈ ਜੀ ਸਾਡਾ ਜਸ ਪੰਜਾਬੀ ਦਾ, ਯੂਟਿਊਬ ਚੈਨਲ ਹੈ, ਪੇਜ ਹੈ ਫੇਸਬੁੱਕ ਦਾ, ਕਿਤੇ ਵੀ ਜਾ ਕੇ ਕੋਈ ਜਾਣਕਾਰੀ ਲੈਣੀ ਚਾਹੁੰਦੇ ਹੋ ਜਾਂ ਜਾਣਕਾਰੀ ਦੇਣੀ ਚਾਹੁੰਦੇ ਹੋ ਦੇ ਸਕਦੇ ਹੋ। ਇਸ ਤੋਂ ਇਲਾਵਾ ਅਸੀਂ ਸੈੱਲ ਨੰਬਰ ਜਿਹੜਾ ਹੈਗਾ ਮੇਰਾ, ਮੈਂ ਉਹ ਵੀ ਅਕਸਰ ਸਾਂਝਾ ਤੁਹਾਡੇ ਨਾਲ ਕਰਦਾ, ਔਰ ਉਹ ਬੜਾ ਸਹਾਈ ਸਿੱਧ ਹੋ ਰਿਹਾ ਮੇਰੇ ਵਾਸਤੇ। ਬਹੁਤ ਸਾਰੇ ਦੋਸਤ ਮਿੱਤਰ ਕਿਤੇ ਵੀ ਜਾਈਦਾ ਮਿਲਦੇ ਆ, ਔਰ ਸਭ ਤੋਂ ਚੰਗੀ ਗੱਲ ਇਹ ਹੈ ਕਿ ਮੈਨੂੰ ਪ੍ਰੋਗਰਾਮ ਤੋਂ ਬਾਅਦ ਵੀ 5-4 ਫੋਨ ਰਾਤ ਨੂੰ ਜਾਂ ਫਿਰ ਜਦੋਂ ਕੱਲ੍ਹ ਨੂੰ ਪ੍ਰੋਗਰਾਮ ਰਿਪੀਟ ਚੱਲਦਾ ਇਹ ਕੈਲੀਫੋਰਨੀਆ ਟਾਈਮ ਸਵੇਰੇ 10 ਵਜੇ, ਵੀ ਉਦੋਂ ਵੀ ਫੋਨ 2-4 ਆ ਜਾਂਦੇ ਨੇ ਗੱਲਬਾਤ ਕਰਨ ਵਾਸਤੇ। ਸੋ 209-450-3362 ਇਹ ਮੇਰਾ ਸੈੱਲ ਨੰਬਰ ਵੀ ਨੋਟ ਕਰ ਸਕਦੇ ਹੋ। ਅਖੀਰ ਦੇ ਵਿੱਚ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ ਰਹੋ, ਖੁਸ਼ ਰੱਖੋ, ਰੱਬ ਰੱਖਾ, ਜੀਵੇ ਪੰਜਾਬ, ਜੀਵੇ ਪੰਜਾਬੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।